ਸਮਾਂ ਮਿਲਦਾ ਕਿ ਨਹੀਂ ਮਿਲਦਾ। ਸਮਾਂ ਬੜੀ ਛੇਤੀ ਕਰਵਟ ਮਾਰ ਦੇਣੀ ਹੈ। ਇਸ ਕਰਕੇ ਜਿੰਨਾ ਵੀ ਆਨੰਦ ਮਾਣ ਸਕਦੇ ਹੋ ਸੰਗਤ ਦਾ ਵੱਧ ਤੋਂ ਵੱਧ ਮਾਣੋ। ਆਓ ਆਪਣੇ ਭਲੇ ਲਈ, ਇਲਾਕੇ ਦੇ ਭਲੇ ਲਈ, ਬ੍ਰਹਿਮੰਡ ਦੇ ਭਲੇ ਲਈ। ਸੋ ਸਤਿਗੁਰੂ ਮਹਾਰਾਜ ਦਾ ਬਖਸ਼ਿਆ ਮੂਲ ਮੰਤਰ ਪਹਿਲਾਂ ਆਪਾਂ ਪੜ੍ਹਨਾ। ਵੈਸੇ ਤਾਂ ਕਥਾ ਤਾਂ ਤੁਸੀਂ ਬਹੁਤ ਸੁਣ ਚੁੱਕੇ ਹੋ। ਜਿਵੇਂ ਕੋਈ ਸਿੱਧ ਹੁਣ ਕਹਿੰਦਾ ਸੀ ਕਿਰਪਾ ਕਰੋ, ਮੈਂ ਕਿਹਾ ਕਿਰਪਾ ਤਾਂ ਬਹੁਤ ਸਾਂਭੀ, ਕਿਰਪਾ ਨੂੰ ਸਾਂਭ ਲਓ। ਕਿਰਪਾ ਤਾਂ ਤੁਹਾਡੇ 'ਤੇ ਬਹੁਤ ਹੈ, ਪਰ ਤੁਸੀਂ ਕਿਰਪਾ ਨੂੰ ਸੰਭਾਲਿਆ ਨਹੀਂ। ਇਸ ਕਰਕੇ ਆ ਕਿ ਭਾਈ ਹੁਣ ਆਪਾਂ ਇਹ ਜੋ ਪਾਠ ਕਰਨਾ ਕਿ ਕਰਨਾ ਤਾਂ ਹੈ ਹੀ, ਕੰਠ ਵੀ ਹੈ, ਬੋਲਣਾ ਤਾਂ ਹੈ, ਪਰ ਕਿਰਪਾ ਕਰਕੇ ਇਹਨੂੰ ਸੁਣ ਵੀ ਲੈਣੀ। ਜੇ ਸੁਣੋਗੇ ਤਾਂ ਨਾਲ ਵਿਚਾਰ ਵੀ ਕਰਦੇ ਰਹਿਣਾ। ਜੇ ਤੁਸੀਂ ਕੇਵਲ ਬੋਲੋਗੇ ਤੇ ਸੁਣੋਗੇ ਨਹੀਂ, ਤੇ ਫਿਰ ਕਰਨ ਦਾ ਵੀ ਲਾਭ ਨਹੀਂ। ਜਿਵੇਂ ਕਈ ਰੋਚਕ ਦੇ ਵਿੱਚ ਕਿੰਨੇ ਫੋਨ ਦੋ ਤਿੰਨ ਬੰਦਿਆਂ ਦੇ ਆ, ਧਿਆਨ ਕਿੱਥੇ ਲਾਉਣਾ ਚਾਹੀਦਾ? ਆਗਿਆ ਚੱਕਰ ਤੇ ਟੁੱਟੀ ਜਾਂ ਸਿਰ ਦੇ ਵਿੱਚ ਕਿੱਥੇ। ਮੈਂ ਕਿਹਾ ਦੇਖੋ, ਸਾਰੇ ਸੰਤਾਂ ਦੀ ਸੰਗਤ ਕਰਦੀ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਨੂੰ ਮੈਂ ਪੁੱਛਿਆ ਕਿ ਇਹਨਾਂ ਤੋਂ ਸਲਾਹ ਲਈਏ। ਮੈਂ ਬਾਬਾ ਜੀ ਧਿਆਨ ਕਿੱਥੇ ਰੱਖਣਾ ਚਾਹੀਦਾ, ਕਿਹੜੇ ਚੱਕਰ 'ਚ ਰੱਖਣਾ ਚਾਹੀਦਾ? ਬਾਬਾ ਜੀ ਕਹਿੰਦੇ ਵੀ ਕਿਉਂ ਗੱਲ ਹੈ, ਹੁਣ ਬੰਦਾ ਤਾਂ ਆਗਿਆ ਚੱਕਰ ਦੇ ਲਾਇਕ ਨਹੀਂ, ਤੇ ਧਿਆਨ ਰੱਖੀ ਫਿਰ ਉਹ ਦਸਮ ਦੁਆਰ, ਧਿਆਨ ਰੱਖੀ ਫਿਰ ਉਹ ਹਿਰਦੇ 'ਚ, ਧਿਆਨ ਰੱਖੀ ਫਿਰ ਧੁੱਦੀ 'ਚ। ਕਹਿੰਦੇ ਤੁਹਾਨੂੰ ਤਕਲੀਫ ਹੋ ਜਾਂਦੀ, ਇਸ ਚੀਜ਼ ਦੀ ਦੁੱਖ ਬੜਾ ਹੋ। ਕਹਿੰਦੇ ਸਭ ਤੋਂ ਜਿਹੜਾ ਸੌਖਾ ਤਰੀਕਾ ਧਿਆਨ ਦਾ ਇਹ ਆ, ਉਹ ਇਹ ਬਚਣਾ ਹਰ ਵਾਰ ਤੁਹਾਨੂੰ ਕਹਿੰਦੇ ਆ, ਮਹਾਂਪੁਰਖ ਵੀ ਕਹਿੰਦੇ ਨੇ, ਸੰਤਨ ਕਹਿਓ ਪੁਕਾਰ, ਇਹ ਚੀਜ਼ ਇਹ ਗਾ ਵੀ ਹੈ ਸੁਣ ਹੈ, ਮਨ ਰੱਖੀ ਹੈ ਭਾਓ, ਮੂਲ ਮੰਤਰ ਪੜ੍ਹਨਾ। ਜਿਵੇਂ ਆਪਾਂ ਦੇਖੋ ਪਾਣੀ ਹਲੇ ਮਾੜਾ ਮਾੜਾ ਤਬਕਾ ਡੁੱਲ ਜਾਣਾ, ਪਰ ਜੇ ਕਿਤੇ ਦੁੱਧ ਡੁੱਲ ਜੇ ਥੋੜ੍ਹਾ ਬਹੁਤ ਤਬਕਾ ਵੀ ਦੁੱਖ ਹੁੰਦਾ ਵੀ ਇੰਨਾ ਮਹਿੰਗਾ ਦੁੱਧ ਹੈ ਇਹ ਡੁੱਲ ਗਿਆ। ਮਹਿੰਗੀ ਚੀਜ਼ ਹੈ ਇਹ ਜਿਹੜੀ ਗੁਰਬਾਣੀ ਦਾ ਮੂਲ ਮੰਤਰ ਹੈ। ਮੂਲ ਮੰਤਰ ਦੀ ਜਿੰਨੀ ਆਪਾਂ ਨੂੰ ਕਦਰ ਨਹੀਂ ਹੈ, ਜਿੰਨੀ ਮੂਲ ਮੰਤਰ ਦੀ ਕਦਰ ਗੁਰੂ ਨਾਨਕ ਸਾਹਿਬ ਨੂੰ, ਦਸਾਂ ਸਰੂਪਾਂ ਨੂੰ, ਮਹਾਂਪੁਰਖਾਂ ਨੂੰ ਜਿੰਨੀ ਕਦਰ ਆ, ਜੇ ਮੂਲ ਮੰਤਰ ਹੈ ਉਹਦੀ ਕਦਰ ਨਹੀਂ ਹੈ ਆਪਾਂ। ਇਸ ਕਰਕੇ ਆਓ ਕਦਰ ਕਰੀਏ, ਸਤਿਕਾਰ ਕਰੀਏ, ਮੁੱਖ ਨਾਲ ਬੋਲੀਏ, ਕੰਨਾਂ ਨਾਲ ਸੁਣੀਏ, ਮਨ ਦੇ ਅੰਦਰ ਵਿਚਾਰ ਕਰੀਏ। ਇਹ ਜਦੋਂ ਵਿਚਾਰ ਕਰਾਂਗੇ, ਬਾਬਾ ਜੀ ਨੇ ਇਹ ਕਿਹਾ, ਜਦੋਂ ਮੂੰਹ ਨਾਲ ਬੋਲੀਏ, ਕੰਨਾਂ ਨਾਲ ਸੁਣੀਏ, ਮਨ ਦੇ ਅੰਦਰ ਵਿਚਾਰ ਚੱਲਦੇ, ਜਿਸ ਵੀ ਚੱਕਰ ਦੇ ਲਾਇਕ ਹੋਵੇਗਾ ਉਹ ਆਪਣੇ ਆਪ ਗੁਰਬਾਣੀ ਉਸ ਚੱਕਰ ਦੇ ਧਿਆਨ ਉਹਦਾ ਟਿਕਾ ਦੇਵੇ। ਆਪਣੇ ਆਪ ਨੂੰ ਧਿਆਨ ਕਰਨਾ, ਸਿਆਣੇ ਕਹਿੰਦੇ ਗੁਰੂ ਤੋਂ ਬਿਨਾਂ ਨਹੀਂ ਗੱਲ ਬਣਦੀ। ਜੇ ਕੋਈ ਪੂਰਨ ਪੁਰਖ ਮਿਲ ਜਾਣ, ਮਹਾਂਪੁਰਖ, ਉਹ ਦੱਸ ਸਕਦੇ ਆ ਕਿੱਥੇ ਧਿਆਨ ਟਿਕਾਉਣਾ। ਇਸ ਕਰਕੇ ਇਹ ਨਾ ਕੋਈ ਧਿਆਨ ਧੁਨ ਮੈਂ ਧਿਆਨ ਧਿਆਨ ਮੈਂ ਜਾਂਦੀ ਧੁਨੀ ਵਿੱਚ ਧਿਆਨ ਆਪਾਂ ਟਿਕਾਈਏ। ਮੈਂ ਵੀ ਦੇਖੋ 5 ਘੰਟੇ ਦਾ ਰਸਤਾ ਤੈਅ ਕਰਕੇ ਹੀ ਤੂੰ ਲਾਇਆ, ਸਰੀਰ ਮੰਦਾ ਵੀ ਹੁੰਦਾ, ਘਰੇਲੂ ਮਜ਼ਬੂਰੀਆਂ ਵੀ ਆ, ਪਰ ਡਿਊਟੀ ਵੀ ਆ, ਮਹਾਂਪੁਰਖਾਂ ਦੇ ਹੁਕਮ ਵੀ ਆ, ਨਾਲੇ ਇੱਕ ਲਾਲਚ ਹੁੰਦਾ ਵੀ ਚਲੋ ਕਿ 10ਵੇਂ ਪਾਤਸ਼ਾਹ ਦੇ ਸਥਾਨ 'ਤੇ ਮੱਥਾ ਟੇਕਣਾ, ਯਾਤਰਾ ਮੇਰੀ ਹੋ। ਪਰ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਵੀ ਇੰਨੀ ਮਿਹਨਤ ਕਰਕੇ ਘਰਾਂ ਤੋਂ ਆਏ ਹੋ, ਅਤੇ ਫਿਰ ਜੇ ਆਪਾਂ ਪੂਰਨ ਲਾਹਾ ਨਾ ਲਿਆ ਫਿਰ ਉਹ ਫਾਇਦਾ ਨਹੀਂ। ਇਸ ਕਰਕੇ ਆਪਣੇ ਦਿਲ ਤੋਂ ਝੁਕਾ ਲਓ ਜਾਂ ਬੰਦ ਕਰੋ, ਪ੍ਰਵਾਨਗੀ ਵਿੱਚ ਧਿਆਨ ਦਿਓ, ਉਹਨੂੰ ਸੁਣਦੇ ਹੋਏ ਵਿਚਾਰ ਕਰੀ ਜਾਓ, ਇਹੀ ਵੱਡਾ ਲਾਹਾ ਪ੍ਰਾਪਤ ਹੋਵੇਗਾ ਆਪਾਂ ਨੂੰ। ਆਓ ਸਾਰੀ ਸੰਗਤ।
ਮੰਦਰ ਦੇ ਬਾਹਰ ਆਪਾਂ ਖੜੀਏ, ਮਹਾਂਪੁਰਖਾਂ ਸਾਰਿਆਂ ਨੂੰ ਯਾਦ ਕਰਦੇ ਹੋਏ ਇਹੀ ਵੱਡੀ ਚੀਜ਼ ਪਿਆਰ ਨਾਲ ਦੇਖੋ ਇੱਕ ਸਹਿ ਗੁਰਪੁਰਸ
ਅਸਲ ਕਿਰਪਾ ਦੇ ਖਜ਼ਾਨੇ ਧੰਨ 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 ਦਸਾਂ ਗੁਰਾਂ ਦੀ ਜਾਗ ਦੀ ਜੋਤ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਜੇਵ ਦਾ ਵਰਣਨ ਕੋਈ ਇਹਨਾਂ ਦੀ ਪਾਵ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਗਰੇਜ਼ ਖਾਓ ਸੀਸ ਯਾਦ ਕਰੋ ਗਰਗੀ ਦਰਪਿਤਾ ਜੀ ਨੂੰ ਬੁਲਾਓ ਸੰਗਤਾਂ ਨੂੰ ਬੈਠ ਕੇ ਵਾਹਿਗੁਰੂ ਜੀ ਕਾ ਬੜੇ ਸ਼ਰਧਾ ਚਾਓ ਭਾਵਨਾ ਦੇ ਨਾਲ ਜੋੜ ਮੇਲੇ ਵਿੱਚ ਇਕੱਤਰ ਹੋਏ ਉਹ ਜੋੜ ਮੇਲਾ ਜਿੱਥੇ ਆ ਕੇ ਆਪਾਂ ਇਹ ਪਾਵਨ ਪਵਿੱਤਰ ਜੋ ਧਰਤੀ ਹੈ ਗੁਰਾਂ ਦੀ ਚਰਨ ਛੋਹ ਪ੍ਰਾਪਤ ਹੋਈ ਹੈ ਜਿੱਥੇ ਜਿੱਥੇ ਕੇਵਲ ਦਰਸ਼ਨ ਮਾਤਰ ਹੀ ਸਾਡੇ ਤੇ ਕਿਰਪਾ ਹੁੰਦੀ ਦਰਸ਼ਨ ਪਰਸਿਆ ਗੁਰੂ ਜਨਮ ਮਲ ਰੁਕ ਜਾ ਆਪਾਂ ਪੜ੍ਹਦੇ ਹਾਂ ਸੋ ਕੱਪੇ ਲਾਉਣ ਸੋ ਕਹ ਕੱਕਾ ਹਾਰੇ ਆਏ ਮਾਂ ਸੋ ਕਹ ਟਲ ਟਲ ਭੱਟ ਜੀ ਨੇ ਕਿਹਾ ਸੁੱਕਾ ਟਲ ਟਲ ਜੀ ਕਹਿੰਦੇ ਸੁੱਕਾ ਟਲ ਗੁਰੂ ਸੀ ਅਸੀਂ ਛੋਟੇ ਹੁੰਦੇ ਬਚਪਨ ਚ ਜਦੋਂ ਸੰਥਿਆ ਨਹੀਂ ਸੀ ਕੀਤੀ ਸਾਨੂੰ ਨਹੀਂ ਸੀ ਪਤਾ ਅਸੀਂ ਕਹਿੰਦੇ ਹੁੰਦੇ ਸੀ ਸੁੱਕਾ ਅਟਲ ਗੁਰੂ ਸੀ ਅਸੀਂ ਸੋਚਿਆ ਵੀ ਅਟਲ ਲਿਖਿਆ ਜਦੋਂ ਪਤਾ ਲੱਗਿਆ ਸੰਥਿਆ ਵਿੱਚ ਵੀ ਟਲ ਭੱਟ ਜੀ ਗੁਰੂ ਦੀ ਬਈ ਆਪਾਂ ਨੂੰ ਸੇਵਾ ਕਰਨੀ ਰਾਤ ਨੂੰ ਤੇ ਇਹ ਦਿਨ ਨੂੰ ਦਿਨ ਰਾਤ ਕਰਨੀ ਚਾਹੀਦੀ ਸਪੈਸ਼ਲ ਨਹੀਂ ਸਹਿਜ ਸੁਭਾਵਿਕ ਸੁਭਾਵਿਕ ਹੀ ਸੇਵਾ ਕਰਨੀ ਚਾਹੀਦੀ ਰਾਤ ਦਿਨ ਸਤਿਗੁਰੂ ਦੀ ਸੇਵਾ ਅੱਖਾਂ ਨਾਲ ਵੀ ਹੁੰਦੀ ਹੈ ਇਸ ਮੁੱਖ ਦੁਆਰਾ ਵੀ ਹੁੰਦੀ ਹੈ ਕੰਨਾਂ ਨਾਲ ਵੀ ਸੇਵਾ ਹੈ ਫਿਰ ਹੱਥਾਂ ਨਾਲ ਵੀ ਸੇਵਾ ਪੈਰਾਂ ਨਾਲ ਵੀ ਚੱਲਣ ਦੀ ਸੇਵਾ ਇਸ ਕਰਕੇ ਇਕੱਲੇ ਇਕੱਲੇ ਅੰਗ ਦੇ ਨਾਲ ਸੇਵਾ ਮਹਾਰਾਜ ਨੇ ਇੱਕ ਸ਼ਰਧਾ ਵਿੱਚ ਵਚਨ ਕਿਹਾ ਸ਼ਰਧਾ ਭਾਵਨਾ ਉਹਦੇ ਵਿੱਚ ਇੱਕ ਅੰਗੀ ਦ੍ਰਿਸ਼ਟਾਂਤ ਲੈਣਾ ਇੱਕ ਅੰਗੀ ਦ੍ਰਿਸ਼ਟਾਂਤ ਕੀ ਹੁੰਦਾ ਜਿਵੇਂ ਕਿਸੇ ਨੂੰ ਕਹੀਏ ਫਿਰ ਤਾਂ ਬੱਬਰ ਸ਼ੇਰ ਆ ਬੱਬਰ ਸ਼ੇਰ ਹੁੰਦਾ ਤਾਂ ਨਹੀਂ ਹੋ ਪਰ ਬੱਬਰ ਸ਼ੇਰ ਉਹਦੇ ਸੁਭਾਅ ਕਰਕੇ ਕਹਿੰਦੇ ਇਹਨੂੰ ਕਹਿੰਦੇ ਇੱਕ ਅੰਗੀ ਦ੍ਰਿਸ਼ਟਾਂਤ ਹੈ ਸਤਿਗੁਰੂ ਕਰਮੀ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਕੇਸਾਂ ਕਰ ਕਰ ਚਵੜ ਢੁਲਾਵਾਂ ਕਹਿੰਦੇ ਮੇਰੀ ਇੰਨੀ ਸ਼ਰਧਾ ਹੈ ਇਹ ਅਵਸਥਾ ਤਾਂ ਬਹੁਤ ਉੱਚੀ ਹੈ ਕੇਸਾਂ ਕਰ ਕਰ ਚਵੜ ਢੁਲਾਵਾਂ ਚਰਨ ਧੂੜ ਮੁੱਖ ਦਾ ਸਤਿਗੁਰਾਂ ਨੂੰ ਪਤਾ ਚਰਨ ਧੂੜ ਕੀ ਚੀਜ਼ ਹੈ ਕਹਿੰਦੇ ਮੇਰੀ ਇੰਨੀ ਸ਼ਰਧਾ ਕਿ ਮੈਂ ਆਪਣੇ ਕੇਸਾਂ ਨਾਲ ਥੋੜ੍ਹਾ ਥੋੜ੍ਹੇ ਚੌਰ ਕਰ ਇਸ ਕਰਕੇ ਮਹਾਰਾਜ ਜੀ ਆਪਾਂ ਨੂੰ ਫਰਮਾਉਂਦੇ ਨੇ ਸੁੱਕਾ ਟਲ ਗੁਰ ਸੇਵੀ ਅਹਿਮ ਸਹਿਜ ਸੁਭਾਵੇ ਸੁਭਾਵ ਕੀ ਸੇਵਾ ਕਰਦੇ ਰਹੋ ਗੁਰ ਕੀ ਸੇਵਾ ਕਰੋ ਦਿਨ ਰਾਤ ਨਹੀਂ ਤਾਂ ਔਖਾ ਰਾਤ ਦਿਨ ਅਸੀਂ ਸੇਵਾ ਕਿਵੇਂ ਕਰ ਸਕਦੇ ਹਾਂ ਪਰ ਸਤਿਗੁਰੂ ਕਹਿੰਦੇ ਨੇ ਇਹ ਨਹੀਂ ਹੁੰਦਾ ਕਿ ਹਰ ਟਾਈਮ ਇੱਕੋ ਹੀ ਸੇਵਾ ਹੁੰਦੀ ਹੈ ਵੀ ਟੋਕਰੀ ਢੋਣੀ ਸੇਵਾ ਉਹ ਹੋ ਗਏ ਨੇ ਦੋ ਘੰਟੇ ਜੋ ਸਵੇਰੇ ਸਿਮਰਨਾ ਦੋ
ਦੋ ਘੰਟੇ ਤੇ ਸ਼ਾਮ ਨੂੰ ਸਿਮਰਨ ਹੈ। ਇਹ ਮੁੱਖਰੇ ਦਾਲ ਸੇਵਾ ਹੋਊਗੀ ਕਿਉਂਕਿ ਆਪਾਂ ਸਾਰੇ ਆਮ ਜ਼ਿਆਦਾ ਸੁਖਮਨੀ ਸਾਹਿਬ ਦਾ ਪਾਠ ਹੀ ਕਰਦੇ, ਇਸ ਕਰਕੇ ਆਪਾਂ ਨੂੰ ਉਨੀ ਹੀ ਨੌਲੇਜ ਮਿਲਦੀ ਹੈ ਕਿ ਸੰਤ ਦੀ ਸੇਵਾ ਨਾਮ ਤੇ ਹੈ ਤੇ ਸੁਖੀ ਸੁਖਮਨੀ ਸਾਹਿਬ ਵਿੱਚ ਇਹ ਬਚਨ ਲਿਖਿਆ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਹਿਜ ਕਰਦੇ ਨੇ ਖੰਡ ਪਾਠੀ ਨੂੰ, ਉਹਨਾਂ ਨੂੰ ਪਤਾ ਕਿ ਇਹ ਲਿਖਿਆ ਗੁਰ ਕੀ ਸੇਵਾ ਨਾਮ ਧਿਆਏ। ਸਤਿਗੁਰਾਂ ਦੀ ਜਿਹੜੀ ਸੇਵਾ ਹੁੰਦੀ ਹੈ ਇਹ ਵੀ ਹੁੰਦੀ ਕਿ ਸੇਵਾ ਹੱਥ ਨਾਲ, ਨਾਮ ਜਪਣਾ ਵੀ ਇੱਕ ਬੜੀ ਵੱਡੀ ਸੇਵਾ। ਸਤਿਗੁਰਾਂ ਦੇ ਦਰਸ਼ਨ ਕਰਨੇ ਵੀ ਬੜੀ ਵੱਡੀ ਸੇਵਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਕੰਨਾਂ ਨਾਲ ਸੁਣਨਾ ਵੀ ਸੇਵਾ। ਅੱਜ ਨੂੰ ਚਾਰ ਪੌੜੀਆਂ ਸੁਣਿਆ ਨਹੀਂ ਮਹਾਰਾਜ ਜੀ ਨੇ ਉਚਾਰਨ ਕੀਤਾ, ਔਰ ਇਹਦੇ ਵਿੱਚ ਜੇ ਹੌਲੀ ਹੌਲੀ ਪੜ੍ਹ ਕੇ ਵਿਚਾਰੀਏ ਸਤਿਗੁਰੂ ਮਹਾਰਾਜ ਜੀ ਨੇ ਜੋ ਬਚਨ ਕੀਤੇ ਨੇ ਉਹ ਤਾਂ ਕੀਤੇ ਹੀ ਨਹੀਂ ਬਈ ਸੁਣਿਆ ਸਿਰਧ ਪੀਰ ਸੁਰ ਨਾਥ ਇਹਦੇ ਬਹੁਤ ਅਰਥ ਨੇ। ਸੁਣਿਆ ਧਰਤ ਤਵ ਆਕਾਸ, ਸੁਣਿਆ ਦੀਪ ਲੋਰ ਪਾਤਾਲ, ਸੁਣਿਆ ਉਹ ਹਿਰ ਸਕੈ ਕਾਲ, ਨਾਨਕ ਭਗਤ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਰਨਾਸ। ਇਹ ਦੇਖੋ ਧਿਆਨ ਨਾਲ ਸੁਣੋ, ਇਹ ਜਿਹੜੀ ਬਾਣੀ ਸੁਣਨੀ ਹੈ, ਕੀਰਤਨ ਸੁਣਨਾ, ਇਹ ਜਿਹੜੀ ਕਥਾ ਸੁਣਨੀ ਹੈ, ਇਹ ਜਿਹੜਾ ਵਾਹਿਗੁਰੂ ਮੰਤਰ ਸੁਣਨਾ, ਗੁਰੂ ਮੰਤਰ ਸੁਣਨਾ, ਸੁਣਿਆ ਹੁਣ ਸੁਣਿਆ ਤਾਂ ਜੇ ਮੂੰਹ ਨਾਲ ਬੋਲਦੇ ਨੇ, ਪਾਠੀ ਸਿੰਘ ਵੀ ਪਾਠ ਕਰਦਾ, ਸੁਣਨ ਨਾਲ ਹੀ ਫਰਕ ਵੀ ਸਾਡੀਆਂ ਗੱਲਾਂ ਦੀ ਕਦਰ ਘੱਟ ਕਰਦੇ। ਇਹ ਅੱਜ ਕੱਲ੍ਹ ਕਈ ਆ ਕਰਾਂਗੇ ਦੇਖਾਂਗੇ ਕਰਾਂਗੇ ਪਤਾ ਨਹੀਂ ਕਿੰਨੇ ਸਾਲ ਹੈ ਗਏ ਘਰ। ਸਭਾ ਸੰਗਤਾਂ ਨੂੰ ਬੇਨਤੀ ਆ, ਠੀਕ ਆ ਅਸੀਂ ਸਹਿਜ ਪਾਠ ਸਿੰਘ ਤੋਂ ਰਿਕਾਰਡ ਕਰਾਇਆ 140 ਘੰਟੇ ਦਾ ਪਾਠ ਰਿਕਾਰਡ ਹੋਇਆ, ਪਰ ਮੈਂ ਬੇਨਤੀ ਕਰਾਂ ਸਾਰਿਆਂ ਨੂੰ ਕਿ ਪੋਥੀ ਲੈ ਕੇ ਸੈਂਚੀ ਲੈ ਕੇ ਜਾਂ ਸਰੂਪ ਉਹ ਜਿਹੜਾ ਸਹਿਜ ਪਾਠ ਭਰਿਆ ਹੋਇਆ ਨਾ ਉਹ ਨਾਲ ਨਾਲ ਸਰੂਪ ਦੇ ਦਰਸ਼ਨ ਕਰੋ, ਨਾਲ ਨਾਲ ਤੁਸੀਂ ਪਾਠ ਸਰਵਣ। ਦੂਜੀ ਇਹ ਚੀਜ਼ ਹੈ ਜੇ ਉਸ ਤੋਂ ਜ਼ਿਆਦਾ ਲਾਹਾ ਕੱਟਣਾ ਹੋਵੇ ਫਿਰ ਪਾਠੀ ਸਿੰਘ ਲਾਓ ਤੇ ਅਸੀਂ ਇਸ਼ਨਾਨ ਕਰਨ। ਤੁਹਾਡੇ ਕੋਲ ਇੱਕ ਤਜਰਬਾ ਹੁੰਦਾ, ਮੇਰੇ ਕੋਲ ਰੋਜ਼ ਨਵੀਂ ਚੀਜ਼ ਆਉਂਦੀ, ਰੋਜ਼ ਨਵੀਂ ਨਵੀਂ ਚੀਜ਼ ਸੁਣੀ, ਕਿਉਂਕਿ ਜੋ ਅਸੀਂ ਸੁਣਿਆ ਉਹ ਵੀ ਕਹਿ ਲੈਂਦੇ। ਔਰ ਕਈਆਂ ਬੰਦਿਆਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ, ਚਲੋ ਇਹਨਾਂ ਗੱਲਾਂ ਨੂੰ ਬੱਚੇ ਸੁਲਾ ਨਹੀਂ ਸਕਦੇ ਵੀ ਦੱਬਾ ਛੱਪਾ ਛਪਾਇਆ ਜੀ ਕਸਲਾਂ ਜੀਆਂ ਕਈ ਕੁਛ ਹੁੰਦਾ ਹੈ, ਮਾੜੀਆਂ ਰੂਹਾਂ ਪੈਂਦੀਆਂ ਪਿੱਛੇ। ਇੱਕ ਵਾਰੀ ਕੋਈ ਗੁਰਮੁਖ ਮੰਦਗੀ ਬਹੁਤ ਕਰਦੇ ਸੀ, ਉਹ ਆਪਣੇ ਮਹਾਂਪੁਰਖਾਂ ਕੋਲ ਤੋਂ ਪਹੁੰਚੇ, ਮਹਾਂਪੁਰਖ ਕਹਿੰਦੇ ਆਹ ਦਿਨ ਚ ਆ ਜਾਣੇ ਲਈ ਫਿਰਦਾ, ਕਹਿੰਦੇ ਮਹਾਰਾਜ ਮੈਂ ਕਰ ਲਈ ਹੈ, ਕਹਿੰਦਾ ਆਹ ਲਈ ਫਿਰਦਾ ਨੂੰ ਨਾਲ ਇਹ ਕਿੱਥੋਂ ਲਿਆ, ਕਹਿੰਦੇ ਪਤਾ ਨਹੀਂ, ਕਹਿੰਦੇ ਇਹ ਤਾਂ ਆਏ ਨੇ ਵੀ ਚਲੋ ਇਹ ਸੰਤਾਂ ਕੋਲ ਚੱਲੇ ਨਾਲ ਸਾਡਾ ਆਧਾਰ ਵੀ ਕਰਾਉਣ, ਕਹਿੰਦੇ ਇਹ ਬਾਣੀ ਪੜ੍ਹਦਾ ਇਹਨੂੰ ਨੀ ਕਿਉਂ ਹੋਇਆ, ਹੁਣ ਸ਼ਰਾਬੀ ਕੋਲ ਤਾਂ ਜਾਣਦਾ ਉਹ ਤਾਂ ਆਪ ਸ਼ਰਾਬ ਪੀ ਕੇ ਹੋਇਆ ਹੈ, ਉਹ ਕਿਸੇ ਮਹਾਂਪੁਰਖ ਦੇ ਫਿਰ ਚਰਨ ਫੜਦੇ ਜਾ ਕੇ ਕਿਸੇ ਬਾਣੀ ਪੜ੍ਹਨ ਤੰਗ ਕਰਦੇ ਜਾ ਕੇ ਮੇਰਾ ਆਧਾਰ ਕਰਾ ਕੇ। ਇਸ ਕਰਕੇ ਹੈ ਕਿ ਇਹ ਜਿਹੜਾ ਆਧਾਰ ਹੈ ਨਾ ਚਾਹੇ ਕੁਛ ਹੈ ਜਾਂ ਨਹੀਂ ਹੈ, ਪਾਤੀ ਵਿਆਹ ਪਾਤੀ ਤਾਂ ਹੈ ਹੀ ਆਪਾਂ ਨੂੰ, ਤੀਨੇ ਤਾਪ ਨਿਵਾਰਨ ਹਾਰ ਹੁਣ ਦੁੱਖ ਹੰਤਾ ਸੁਖਦਾਸ ਤਾਂ ਕੋ ਵਿਘਨ ਨਾ ਪਊ ਤਾਂ ਕਹਿ ਜਾਣ ਦੀ ਪ੍ਰਭਾ ਕਰਦਾਸ, ਇਹ ਇੰਨੀ ਤੇ ਕੰਠ ਹੈ। ਹੁਣ ਪਿੱਛੇ ਜੇ ਕਿਸੇ ਨੂੰ ਬਹੁਤ ਕਫ ਹੋ ਗਈ ਖੰਘ ਦੇ ਨਾਲ ਬੁਰਾ ਇੰਨੀ ਕਫ, ਮੈਂ ਕਿਹਾ ਇਲਾਜ ਨਹੀਂ ਕਰਾਇਆ, ਕਹਿੰਦੇ ਦਵਾਈ ਤੇ ਬਹੁਤ ਕਰਾਈ, ਮੈਂ ਕਿਹਾ ਬਾਣੀ ਵਿੱਚ ਵੀ ਇਹ ਕੁਛ
ਹੈ ਨਾ ਵਾਹਿਬ ਇਤਕਾਫ ਤੋਂ ਹੀ ਸਾਰਾ ਕੁਝ ਦੇਖਦਾ। ਵਾਹਿਬ ਇਤਕਾਫ ਅਪਸੈਟ ਹੋ ਗਈ ਤਾਂ ਸਰੀਰ ਵੀ ਅਪਸੈਟ, ਇੱਕ ਤਰਦੋਸ਼ ਵੀ ਹੋ ਜਾਂਦਾ, ਤਿੰਨਾਂ ਦਾ ਵੀ ਹੋ ਜਾਂਦਾ। ਕਈ ਵਾਰ ਪਿੱਤ ਕਫ ਜ਼ਿਆਦਾ ਵੱਧ ਜਾਂਦੀ ਹੈ, ਕਈ ਵਾਰ ਵਾਇ ਜ਼ਿਆਦਾ ਵੱਧ ਜਾਂਦੀ ਸਰੀਰ ਨੂੰ। ਪਰ ਸਤਿਗੁਰੂ ਮਹਾਰਾਜ ਨੇ ਇਹਦਾ ਵੀ ਇਲਾਜ ਕੀਤਾ, ਇਹਦੀ ਦਵਾਈ ਵੀ ਟੋਟੀ ਮਹਲਾ ਪਹਿਲਾ ਹਰ ਕੇ ਚਰਨ ਕਮਲ ਮੰਨਦੇ। ਪਹਿਲੀ ਗੱਲ ਤਾਂ ਕਿ ਹਰੀ ਦੇ ਚਰਨਾਂ ਕਮਲ ਨੂੰ ਮਨ ਦੇ ਅੰਦਰ ਹੁਣ ਇਹ ਜਾਪ ਹੈ ਮਨ ਧਿਆਨ। ਇੱਕ ਬੰਦਾ ਕਹਿਣ ਲੱਗਿਆ ਜਾਪ ਦੇ ਨੀਤਾਂ ਦਾ, ਮੈਂ ਕਿਹਾ ਜਪਜੀ ਸਾਹਿਬ ਦੀ ਕਥਾ ਸੁਣ ਲਓ ਸਾਰੀ। ਇਹ ਕਹਿੰਦਾ ਵੀ ਮੈਂ ਆਪਸੇ ਲੱਭੂੰਗਾ ਦੇਖੂੰਗਾ ਤੁਸੀਂ ਹੁਣੇ ਦੱਸੋ। ਮੈਂ ਕਿਹਾ ਇੱਕ ਉਹਦਾ ਵਾਚਕ ਜ਼ੁਬਾਨ ਦੇ ਨਾਲ ਵਾਹਿਗੁਰੂ ਕਹਿਣਾ, ਇੱਕ ਉਹਦਾ ਉਪਾਸ, ਉਪਾਸ ਹੁੰਦਾ ਜਿਹੜਾ ਬੁੱਧ ਬੰਦ ਕਰ ਲਏ ਤੇ ਅੰਦਰ ਅੰਦਰ ਹੁਣ ਜੀਵ ਲਾਏ ਗਏ ਵਾਹਿਗੁਰੂ ਵਾਹਿਗੁਰੂ। ਇੱਕ ਹੁੰਦਾ ਮਾਨਸ, ਮਨ ਦੇ ਨਾਲ ਜਾਪ ਕਰਨਾ, ਜਿਹੜੇ ਮੂੰਹ ਨੂੰ ਹਿਲਾ ਕੇ ਜਾਪ ਕਰਦੇ ਉਹਨੂੰ ਆਪਾਂ ਸਮਝ ਸਕਦੇ ਨੀ ਕੁਛ ਕਰਦਾ, ਪਰ ਜਿਹੜੇ ਅੰਦਰ ਅੰਦਰ ਮਨ ਦੇ ਵਿੱਚ ਸਿਮਰਨ ਕਰੀ ਜਾਂਦੇ ਨੇ ਉਹਨੂੰ ਸਮਝ ਨੀ ਸਕਦੇ ਆਪਾਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਰ ਕੇ ਚਰਨ ਕਮਲ ਵਾਹਿਗੁਰੂ ਮੰਤਰ ਜਿਹੜਾ ਹੈ ਮਨ ਧਿਆਨ, ਮਨ ਦੇ ਬੰਦੇ ਨੂੰ ਸਿਆਣੇ ਇਸ਼ਾਰਾ ਕਰਕੇ ਮਨ ਦੇ ਵਿੱਚ ਧਿਆਨ ਕਾੜ ਕੁਠਾਰ, ਕੁਠਾਰ ਨਾਮ ਕੁਹਾੜੇ ਦਾ, ਇਹ ਇੱਕ ਵਾਰੀ ਹੋਰ ਵੀ ਆਉਂਦਾ ਬਾਣੀ ਚ ਕਾੜ ਕੁਠਾਰ, ਖਸਮ ਸਿਰ ਕੱਟਿਆ ਕਿੰਨਾ ਹੋਇਆ ਗਿਆ ਹੈ ਖਾਕ, ਜਿੱਥੇ ਸੁਰੀ ਤੇ ਸ਼ਬਦੀ ਦੇ ਉੱਤੇ ਸ਼ਬਦ ਪੜਿਆ ਸੀ ਸੁਰੀ ਤੇ ਨਾਰਾਇਣ ਰਾਖ, ਸੁਰੀ ਦਾ ਹਾਥ ਕਹੀਂ ਨਾ ਪਹੁੰਚਾ, ਇਹ ਵੀ ਕੰਠ ਕਰਦਾ ਕੰਮ ਆਊਗਾ, ਸੁਰੀ ਬਾਹਲੇ ਹੋ ਗਏ ਹੁਣ ਹੋਰ ਤਾਂ ਕੁਛ ਕਰ ਨਹੀਂ ਸਕਦੇ, ਸੁਰੀ ਵਾਲਾ ਤਾਂ ਬੜੀ ਅੱਖੀ ਕੱਟਾ ਮੂੰਹ ਡੱਟਾ ਤਾਂ ਬੜੀ ਨੇ ਜ਼ਿਆਦਾ ਹੀ ਬੋਲਣ ਲੱਗ ਪਏ। ਇਸ ਕਰਕੇ ਇਹ ਜਿਹੜੇ ਸ਼ਬਦ ਹੈ ਇਹਨਾਂ ਦਾ ਅਭਿਆਸ ਨੇ। ਕੱਲ ਮਹਾਰਾਜ ਸੱਤਵੇਂ ਪਾਤਸ਼ਾਹ ਦਾ ਗੁਰਤਾਗਤੀ ਦਿਵਸ, ਗੁਰਤਾਗਤੀ ਦਿਵਸ ਤੇ ਕਰਨਾ ਚਾਹੀਦਾ ਸੀ। ਛੇਵੇਂ ਪਾਤਸ਼ਾਹ ਦਾ ਅਵਤਾਰ ਦਿਹਾੜਾ ਗੁਰਤਾਗਤੀ ਦਿਵਸ, ਸੱਤਵਿਆਂ ਦਾ ਅਵਤਾਰ ਦਿਹਾੜਾ ਗੁਰਤਾਗਤੀ ਦਿਵਸ, ਜਾਂ ਜੋਤੀ ਜੋਤ ਵੀ ਹੋਵੇ ਤਾਂ ਵੀ ਇਹਨਾਂ ਸ਼ਬਦਾਂ ਦਾ ਅਭਿਆਸ ਕਰੋ। ਸੋ ਮਹਾਰਾਜ ਜੀ ਨੇ ਆਪਾਂ ਨੂੰ ਇਹ ਦਿੱਤਾ ਬਚਨ, ਕਾੜ ਕੁਠਾਰ ਕੁਹਾੜਾ ਕੱਢ ਕੇ ਕਿਰਪਾ ਰੂਪ ਕੁਹਾੜਾ ਕੱਢੇ, ਕਿਹੜੀ ਕਿਹੜੀ ਬਿਮਾਰੀ ਕੱਢੀ, ਪਿੱਤ ਬਾਤ ਅੰਤ, ਪਿੱਤ ਤਿੰਨੀ ਬਿਮਾਰੀਆਂ, ਵਾਏ ਪਿੱਤ ਕਫ, ਪਿੱਤ ਤੇ ਫਿਰ ਬਾਤ ਵਾਏ, ਜੇ ਦੋ ਆ ਗਏ ਨਤੀਜਾ ਆ ਗਿਆ ਕਾੜ ਕੁਠਾਰ ਪਿੱਤ ਬਾਤ ਹੰਤਾ, ਹੰਤਾ ਹੁੰਦਾ ਕੱਟਣਾ ਮਾਰਨਾ, ਪਰ ਕੁਹਾੜਾ ਕੱਢ ਕੇ ਪਰਮੇਸ਼ਰ ਜੀ ਨੇ ਇਹ ਰੋਗ ਕੱਟ ਦਿੱਤੇ। ਕਹਿੰਦੇ ਦਵਾਈ ਕਿਹੜੀ ਹੈ, ਔਖਦ ਹਰ ਕੋ ਨਾਮ। ਹੁਣ ਜਿਹੜਾ ਬਾਣੀ ਦੇ ਵਿੱਚ ਸਿਮਰਨ ਬਾਰੇ ਜ਼ਿਕਰ ਆਇਆ, ਜਿੰਨੇ ਤੁਸੀਂ ਬੈਠੇ ਹੋ ਸਾਰੇ ਦੁਖੀ ਬੈਠੇ, ਕੋਈ ਤਨ ਦੁਖੀ ਕੋਈ ਮਨ ਦੁਖੀ ਹੈ, ਅਸੀਂ ਕੋਈ ਨਾ ਕੋਈ ਤਾਂ ਜ਼ਰੂਰ ਦੁੱਖ ਲੱਗਿਆ, ਮਨ ਕਰਕੇ ਲੱਗਿਆ ਚਾਹੇ ਸਰੀਰ ਕਰਕੇ ਲੱਗਿਆ ਚਾਹੇ ਕੋਈ ਹੈ। ਇਹ ਜਿਹੜਾ ਦੁੱਖ ਆ ਇਹ ਕੱਟਣ ਵਾਸਤੇ ਸਿਮਰ ਕਰੋ, ਤੁਸੀਂ ਦੋ ਮਿੰਟ ਪੰਜ ਮਿੰਟ ਲਾਉਣੇ ਘਟਾ ਜਾਂਦੇ। ਬਾਬਾ ਜੀ ਨੇ ਇਹ ਮਰਿਆਦਾ ਸ਼ੁਰੂ ਤੋਂ ਚਲਾਈ, ਬਾਬਾ ਗੁਰਮੁਖ ਸਿੰਘ ਜੀ ਨੇ, ਬਾਬਾ ਜੀਵਨ ਸਿੰਘ ਜੀ ਖਾਲਸੇ ਵਾਲੇ ਮਹਾਂਪੁਰਖ, ਦੋ ਘੰਟੇ ਸਵੇਰੇ ਤੇ ਦੋ ਹੀ ਸ਼ਾਮ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰ, ਇਹ ਪੱਕਾ ਅਸੂਲ ਬਣਾ ਲੈਣਾ ਆਪਾਂ ਪੰਜ ਬਾਣੀਆਂ ਦਾ ਪਹਿਲਾਂ। ਇਹਦੇ ਚ ਵੀ ਪ੍ਰਸ਼ਨ ਆਉਂਦੇ ਆ ਬਹੁਤ ਲੋਕ, ਅੱਛਾ ਇਹ ਬ੍ਰਹਮ ਕਮ ਚ ਸਤਨਾਮ ਵਾਲਾ ਇਹ ਨਿਤਨੇਮ ਤੋਂ ਪਹਿਲਾਂ ਕਰਨਗੇ ਬਾਅਦ ਕਰਨਗੇ, ਇਹ ਸੁਖਮਨੀ ਸਾਹਿਬ ਪਹਿਲਾਂ ਕਰਨਗੇ ਨਿਤਨੇਮ। ਇੱਕ ਗੱਲ ਯਾਦ ਰੱਖੋ, ਵਾਹਿਗੁਰੂ ਮੰਤਰ ਤੇ ਮੂਲ ਮੰਤਰ ਸਿਰਫ ਅਮਰਤ ਰਹਿਣ
ਹੁਣ ਇਹ ਜਿਹੜੇ ਬਚਨ ਹੁੰਦੇ ਨੇ ਇਹ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਰਹਿਤ ਦੇ ਧਨੀ ਕਲਗੀ ਧਰ ਮਹਾਰਾਜ ਦੇ ਬਹੁਤ ਲਾਡਲੇ ਦੇ ਪਿਆਰ ਉਹਨਾਂ ਨੂੰ ਅਸੀਂ ਬਹੁਤ ਸਾਰੇ ਬਚਨ ਪੁੱਛੇ ਸੀ ਉਹਦੇ ਵਿੱਚ ਇਹ ਵੀ ਸੀ ਬਾਬਾ ਜੀ ਸੁਖਮਨੀ ਸਾਹਿਬ ਦਾ ਪਾਠ ਪਹਿਲਾਂ ਕਰੀਏ ਜਾਂ ਪੰਜ ਬਾਣੀਆਂ ਬਾਬਾ ਜੀ ਕਹਿੰਦੇ ਪੰਜ ਬਾਣੀਆਂ ਪਹਿਲਾਂ ਕਰਨੀਆਂ ਨੇ ਕਾਰਜ ਪੰਜ ਬਾਣੀਆਂ ਪਹਿਲਾਂ ਪੰਜ ਬਾਣੀਆਂ ਦਰਵਾਜ਼ਾ ਹੈ ਵੱਡਾ ਜੇ ਤੁਸੀਂ ਦਰਵਾਜ਼ਾ ਖੋਲੋਗੇ ਤਾਂ ਹੀ ਸਾਰਾ ਕੁਛ ਹੋਣਾ ਇਸ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਦੇਖੋ ਪਿਆਰ ਪੂਰ ਨਾਲ ਤੁਹਾਨੂੰ ਬਹੁਤ ਕਿਹਾ ਤੁਸੀਂ ਸਮਝਦੇ ਸੁਣਦੇ ਹੈ ਨਹੀਂ ਇਹ ਕਥਾ ਸੁਣਦੇ ਨੇ ਤੁਸੀਂ ਕਥਾ ਸੁਣਦੇ ਤੇ ਘਰ ਹੀ ਨਹੀਂ ਹੈ ਜਦ ਤੱਕ ਤੁਸੀਂ ਪੰਜ ਬਾਣੀਆਂ ਨਾ ਕਰਦੇ ਤੁਹਾਨੂੰ ਕਥਾ ਸੁਣਾਉਣੀ ਨਹੀਂ ਚਾਹੀਦੀ ਨਾ ਵੀ ਰਹਿ ਰਾਸ ਕੀਤੀ ਗਈ ਨੇ ਸੋਲਾਂ ਸਾਲ ਤਾਂ ਪੜ੍ਹਦੇ ਹੀ ਇੱਕ ਚੀਜ਼ ਦਾ ਅਧਿਕਾਰੀ ਹੁੰਦਾ ਬੰਦਾ ਉਹਦਾ ਹੱਕਦਾਰ ਹੁੰਦਾ ਵੀ ਹਾਂ ਇਹ ਬੰਦਾ ਇਸ ਚੀਜ਼ ਦਾ ਅਧਿਕਾਰੀ ਹੈ ਤੁਸੀਂ ਕਹੋ ਮੈਂ ਇੰਨੀ ਆਹ ਪਾਠ ਕੀਤਾ ਮੈਨੂੰ ਰਸ ਨਹੀਂ ਆਇਆ ਪਰ ਰਸ ਤਾਂ ਆਉਣਾ ਨਹੀਂ ਪਹਿਲਾਂ ਨਿਤਨੇਮ ਕਰ ਕਲਗੀ ਧਰ ਮਹਾਰਾਜ ਨੇ ਖੁਸ਼ੀ ਨਹੀਂ ਲਈ ਮਹਾਰਾਜ ਨੇ ਖੁਸ਼ੀ ਲੈਣੀ ਆ ਪਹਿਲਾਂ ਪੰਜ ਬਣ ਜਿਹੜੇ ਮਨ ਬੇਈਮਾਨ ਹੈ ਜਿਹਨਾਂ ਨੂੰ ਕਹਿੰਦਾ ਮੈਂ ਅਨਪੜ੍ਹ ਹਾਂ ਮੈਨੂੰ ਜਾਪ ਸਾਹਿਬ ਨਹੀਂ ਆਉਂਦਾ ਇਹ ਹੁੰਦਾ ਸੀ ਪਹਿਲਾਂ ਪੰਜਾਹ ਸੱਠ ਸੱਤਰ ਅੱਸੀ ਸਾਲ ਪਹਿਲਾਂ ਸੌ ਸਾਲ ਅਤੇ ਜਦੋਂ ਅਨਪੜ੍ਹ ਨਹੀਂ ਹੁੰਦਾ ਹੁਣ ਤਾਂ ਟੇਪ ਰਿਕਾਰਡ ਚੱਲੀ ਸੀ ਡੀ ਚੱਲੀ ਪੈਨ ਡਰਾਈਵ ਚੱਲ ਰਹੀ ਹੈ ਉਹਨਾਂ ਦੇ ਵਿੱਚ ਨਿਤਨੇਮ ਪਾਇਆ ਹੋਇਆ ਜੇ ਨਹੀਂ ਆਉਂਦੀ ਨਿਤਨੇਮ ਕਰਨਾ ਤਾਂ ਆਪਣੇ ਘਰ ਦੇ ਵਿੱਚ ਕੁਛ ਨਾ ਕੁਛ ਹੈ ਸਾਧਨ ਕਰੋ ਨਿਤਨੇਮ ਜ਼ਰੂਰ ਕਰਨਾ ਆਪਾਂ ਨੇ ਮਹਾਰਾਜ ਨੇ ਵੀ ਬਚਨ ਜਿਵੇਂ ਕੀਤਾ ਨਾ ਵੀ ਆ ਸੰਸਾਰ ਕੈਸਾ ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰ ਨਾ ਪੁਕਾਰ 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 ਕੇ ਸਾਰੇ ਤੁਹਾਨੂੰ ਕਹਿੰਦੇ ਨੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹਰ ਭਜਨ ਬਿਨਾਂ ਨਹੀਂ ਛੁਟਕਾਰਾ ਛੁਟਕਾਰਾ ਨਹੀਂ ਨਿਤਨੇਮ ਪੰਜ ਬਾਣੀਆਂ ਦਾ ਜ਼ਰੂਰੀ ਹੈ ਜਦੋਂ ਅਸੀਂ ਇੱਕ ਵਾਰ ਬਹੁਤ ਪੁਰਾਣੀ ਗੱਲ ਸੀ ਹਜ਼ੂਰ ਸਾਹਿਬ ਗਏ ਉੱਥੇ 1975 ਦੀ ਗੱਲ ਆ ਉੱਥੇ ਜਦੋਂ ਰਹੇ ਸੀ ਤਾਂ ਇੱਕ ਸਾਧੂ ਸੀ ਪੌੜੀਆਂ ਕੱਚ ਜੀ ਚ ਰੱਖ ਕੇ ਲੱਕੜ ਦੀ ਤਾਂ ਤੁਰਦਾ ਹੁੰਦਾ ਸੀ ਨਾਲ ਉਹ ਖੜਤੀ ਪਾਠ ਕਰਨਾ ਸੀ ਸਾਧੂ ਦੰਗਲਾ ਤੇ ਲੰਗਰ ਦੀ ਬਹੁਤ ਸੇਵਾ ਕਰਦਾ ਸੀ ਬੜੀ ਸੇਵਾ ਕਿੰਨੇ ਕੁ ਸ਼ਬਦ ਉਹਨੇ ਇਕੱਠੇ ਹੱਥ ਤੇ ਰੱਖਣੇ ਕੱਚੇ ਇਸ ਤਰ੍ਹਾਂ ਸਿੱਖਣੇ ਪੂਰੀ ਲਾਇਨ ਲੱਗ ਜਾਂਦੀ ਸੀ ਤਵੀ ਦੇ ਉੱਤੇ ਸਾਰੇ ਦੇਖਦੇ ਸੀ ਖੜਕੇ ਵੀ ਕਿਸ ਤਰ੍ਹਾਂ ਕਰ ਦਿੰਦਾ ਹੈ ਉਹ ਸਾਧੂ ਸਵੇਰੇ ਅੰਮ੍ਰਿਤ ਵੇਲੇ ਦੁਪਹਿਰੇ ਸ਼ਾਮ ਦੁਪਹਿਰੇ ਸੇਵਾ ਸਵੇਰੇ ਸ਼ਾਮ ਤੱਕ ਸਾਲ ਦੇ ਇੱਕ ਪਾਸੇ ਖੜਦਾ ਤਾਂ ਕਰਵਾ ਗਿਆ ਪੰਜਾਬ ਤੋਂ ਅਰਦਾਸਾਂ ਕਰੇ ਜਾਣ ਨਾਲੇ ਰੋਈ ਜਾਣ ਦੋਵੇਂ ਜੀ ਸੰਤਾਂ ਨੇ ਉਹਨਾਂ ਨੇ ਦੇਖਿਆ ਜਦੋਂ ਕੋਲ ਦੀ ਲੰਘੇ ਕਹਿੰਦੇ ਭਗਤੋ ਝੰਡੀ ਲੈਣਾ ਉਹਨਾਂ ਨੂੰ ਕਰੰਟ ਜਿਹਾ ਵੱਜਿਆ ਬਾਬੇ ਜੀ ਪਤਾ ਤੁਸੀਂ ਝੰਡੀ ਦੀ ਲੋੜ ਰਹੇ ਹੈ ਕਹਿੰਦੇ ਬਈ ਪੰਜ ਬਾਣੀਆਂ ਦਾ ਨਿਤਨੇਮ ਤਾਂ ਕਰ ਦਿੰਦੇ ਅਤੇ ਕਲਮੀਆਂ ਵਾਲਾ ਤਾਂ ਝੰਡੀ ਬਣਦੇ ਕਹਿ ਜਾਓ ਪੰਜ ਬਾਣੀਆਂ ਤੋਂ ਮੈਂ ਜਿਹੜਾ ਰੋਲ ਕਰਨ ਲੱਗ ਜਾਓ ਆਉਂਦੇ ਸਾਲ ਨੂੰ ਝੰਡੀ ਸਮੇਤ ਆਉਂਗੇ ਆਖੋ ਗੱਜ ਕੇ ਸਤਨਾਮ ਇਹ ਮੈਂ ਵੀ ਤੁਹਾਨੂੰ ਕਹਿਣਾ ਹੁਣ ਸਾਡੇ ਕੋਲ ਟਾਈਮ ਘੱਟ ਹੈ ਦੇਖੋ ਟਾਈਮ ਖਰਾਬ ਆ ਜਾਣਾ ਤੇ ਜਦੋਂ ਆਉਣਾ ਤੇ ਕੰਮ ਹੀ ਆਉਣਾ ਇਹ ਅਸੀਂ ਆ ਜਾਣਾ ਬਸ ਸੁੱਤੇ ਹੀ ਰਹਿ ਜਾਣਾ ਮੁੜ ਕੇ ਤੁਹਾਨੂੰ ਕਿਸੇ ਨੇ ਭੱਜਣ ਨਹੀਂ ਦੇਣਾ ਤੁਹਾਨੂੰ ਕੋਈ ਰਾਹ ਨਹੀਂ ਮਿਲਣਾ ਇਹ ਬੜਾ ਖਤਰਨਾਕ ਸਮਾਂ ਤਿਆਰ ਹੋ ਰਿਹਾ ਇਹ ਠੀਕ ਆ ਉਹ ਥੋੜ੍ਹਾ ਲੜਕ ਜਾਂਦਾ ਕਿਉਂ ਕੋਈ ਨਾ ਕੋਈ ਮਹਾਂਪੁਰਖ ਅਰਦਾਸ ਕਰ ਦਿੰਦਾ ਉਹ ਫਿਰ ਥੋੜ੍ਹਾ ਜਾ ਕੇ ਕਰ ਦਿੰਦਾ
ਥੋੜਾ ਅੱਗੇ ਹੋ ਜਾਂਦਾ। ਇਸ ਕਰਕੇ ਇਹ ਸਮਾਜ ਪਰਚੀ ਮਾਰੂਗਾ ਇੱਕ ਵਾਰ ਉਖਾੜਨਾ ਸਾਰਾ ਕੁਛ। ਧਰੀਆਂ ਧਰੀਆਂ ਰਹਿਣ ਹੁਣ ਰੋਟੀ ਮਿਲਦੀ, ਹੁਣ ਤੁਸੀਂ ਪਾੜਦੀ ਫਿਰ ਤੁਹਾਨੂੰ ਰੋਟੀ ਵੀ ਮਿਲਦੀ, ਫਿਰ ਤੁਸੀਂ ਪੱਤੇ ਖਾਣੇ, ਫਿਰ ਪਤਾ ਨਹੀਂ ਕੀ ਖਾਣਾ ਪੈਣਾ, ਫਿਰ ਤੁਸੀਂ ਹੁਣ ਦਿੱਤੇ ਦਿੰਦਾ ਕਿ ਭੁੱਖ ਲੱਗੀ। ਪਹਿਲਾਂ ਤਾਂ ਰੱਜ ਕੇ ਨਹੀਂ ਧਰਦਾ ਹੁੰਦਾ, ਫਿਰ ਭੁੱਖਾ ਨਹੀਂ ਹੋਣਾ, ਫਿਰ ਕਹੋਗੇ ਭੁੱਖੇ ਭਗਤਾਂ ਕੀ ਹੈ ਜਾਂ ਨਾਲ ਆਪਣੇ ਲਈ ਹੈ। ਇਸ ਕਰਕੇ ਜਿੰਨੀ ਵੀ ਸੰਗਤ ਆਈ ਇਹ ਅੰਮ੍ਰਿਤ ਪਹਿਲੀ ਗੱਲ ਛਕੋ, ਰਹਿਤ ਜਿਹੜੀ ਹੈ ਇਹ ਦੁਬਾਰਾ ਅੰਮ੍ਰਿਤ ਛਕ ਕੇ ਰਹਿਤ ਉੱਪਰ ਪੱਕਾ ਕਰੋ, ਇੱਥੇ ਹੁਣ ਅੰਮ੍ਰਿਤ ਸੰਚਾਰ ਹੋਣਾ ਹੀ ਹੈ। ਅੰਮ੍ਰਿਤ ਛਕੋ ਪਾਸੋਂ ਕਈਆਂ ਨੇ ਉਹ ਲੋਮ ਆਪਣੇ ਦਿਲ ਦੀ ਕਰਾ ਲਈ, ਕਈਆਂ ਤੋਂ ਕਹਿਤਾਂ ਹੋ ਗਈਆਂ, ਕਈਆਂ ਨੇ ਜੂਠਾ ਕਰ ਪਾਚਾ ਪਿਆਰਾ ਕੋਲ ਪੇਸ਼ ਹੋ ਕੇ ਆਪਣੀ ਸੁਧਾਈ ਦਿੱਤੀ। ਰਹਿਤ ਵਿੱਚ ਪਰਪੱਕਤਾ ਲਿਆ ਕੇ ਤੇ ਪੰਜ ਬਾਣੀਆਂ ਦਾ ਦਿੱਤ ਨੇ ਜਿਹੜਾ ਜਪਜੀ ਸਾਹਿਬ ਜਹਾਬ ਸਾਹਿਬ ਸਹੀ ਚੌਪੀ ਨਾਮ ਸਾਹਿਬ, ਇਹ ਜ਼ਰੂਰੀ ਹੈ ਸਾਰਿਆਂ ਵਾਸਤੇ। ਸਾਰੀ ਸੰਗਤ ਨੋਟ ਕਰ ਲਓ ਵੀ ਅਸੀਂ ਪੰਜ ਬਾਣੀਆਂ ਜ਼ਰੂਰ ਪੜ੍ਹਨੀਆਂ। ਸਾਨੂੰ ਸੰਤਾਂ ਨੇ ਕਹਿਣਾ ਉਹ ਭਾਈ ਜੇ ਪੰਜ ਬਾਣੀਆਂ ਪੜ੍ਹੀਆਂ ਤਾਂ ਪ੍ਰਸ਼ਾਦਾ ਸ਼ਕਲ ਸਵੇਰ ਵਾਲਾ ਨਹੀਂ ਤਾਂ ਰਹਿਣ ਦੋ। ਇੱਕ ਵਾਰ ਸੰਤਾਂ ਨਾਲ ਬੱਸਾਂ ਵਿੱਚ ਅਸੀਂ ਜਾ ਰਹੇ ਲਖਨਊ ਵੱਲ, ਕਿਤੇ ਅੱਗੇ ਜਾਣਾ ਕਲਕੱਤੇ ਵੱਲ, ਸ਼ਾਮ ਦਾ ਸਮਾਂ, ਬਾਬਾ ਠਾਕਰ ਸਿੰਘ ਜੀ ਨੂੰ ਸੰਤ ਕਰਤਾਰ ਸਿੰਘ ਕਹਿੰਦੇ, ਕਹਿੰਦੇ ਉਹ ਜਿਹੜੇ ਪ੍ਰਸ਼ਾਦੇ ਲਿਆਉਂਦੇ ਆਪਾਂ ਨੇ ਉਦੋਂ ਬਾਬਾ ਘਿਓ ਪਾ ਕੇ ਟਰਾਂਡੇ ਵਾਲਾ ਤਿੰਨ ਚਾਰ ਨਿਕਲ ਜਾਂਦੇ, ਉੱਥੇ ਨਹਿਰ ਸੀ ਉੱਥੇ ਕਿਨਾਰੇ ਤੇ ਪੰਗਤ ਲਵਾ ਦੀ, ਸੰਤ ਆਪ ਵਰਤਾਉਣ ਲੱਗ ਪਏ, ਹਵੇ ਪੰਜ ਬਾਣੀਆਂ ਪੜੀਆਂ, ਹਾਂਜੀ ਗੱਲ ਪੜ ਤੂੰ ਪੜੀਆਂ, ਤੂੰ ਪੜੀ ਤੂੰ ਨਹੀਂ ਪੜੀਆਂ, ਚੱਲ ਇੱਧਰ ਨੂੰ ਤੁਰ ਜਾ, ਇੱਧਰ ਨੂੰ ਜਾਣਾ ਆਪਾਂ ਨੇ ਤੁਰਿਆ, ਚੱਲ ਰਾਹ ਚੋਂ ਲੈ ਲਵਾਂਗੇ ਤੈਨੂੰ ਪੰਜ ਬਾਣੀਆਂ ਪੜ੍ਹ, ਤੈਨੂੰ ਰੋਟੀ ਫੇਰ ਮਿਲੂ। ਸਵੇਰੇ ਸਵੇਰੇ ਸਾਨੂੰ ਪ੍ਰਸ਼ਾਦਾ ਨਹੀਂ ਛੱਡਣ ਦਿੰਦੇ, ਫਿਰ ਅਸੀਂ ਵੀ ਉਹ ਜਿਹਾ ਧਾਮ ਕੱਢ ਲੈਂਦੇ ਸੀ, ਉਹਨਾਂ ਨੂੰ ਤੁਰਨਾ ਹੁੰਦਾ ਸੀ, ਫਿਰ ਅਸੀਂ ਦੋ ਦੋ ਤਿੰਨ ਤਿੰਨ ਪ੍ਰਸ਼ਾਦੇ ਲਪੇਟ ਕੇ ਪੌਣੇ ਵਿੱਚ ਜੇਬ ਪਾ ਲੈਣੇ, ਫਿਰ ਪੰਜ ਬਾਣੀਆਂ ਪਹਿਲਾਂ ਪੜ੍ਹਨੀਆਂ, ਫਿਰ ਬੱਸ ਦੀ ਸੀਟ ਤੇ ਉਹਨੇ ਲੋਕ ਕੇ ਖਾਣੀ ਦੋ, ਉਹ ਡੰਡੇ ਨਾਲ ਪੰਜ ਬਾਣੀਆਂ ਦਾ ਪੱਕਾ ਕਰਾ ਕੇ ਵੀ ਪੰਜ ਬਾਣੀਆਂ ਬਸ, ਸਾਡਾ ਇਹ ਸੁਭਾਅ ਹੀ ਬਣ ਗਿਆ। ਅੱਜ ਰਾਤ ਮੈਂ ਸੂਰਜ ਦੇਖਿਆ, ਮੈਂ ਕਿਹਾ ਉਹ ਆ ਗਿਆ ਬਾਈ ਥੱਲੇ, ਚੱਲ ਵੀ ਨਾਲ ਰਿਹਾ ਬਸ, ਜਿਉਂ ਹੀ ਸੂਰਜ ਥੱਲੇ ਆ ਨਾਲ ਹੀ ਰਿਹਾ ਬਸ, ਜਿਉਂ ਹੀ ਸੋਹਣਾ ਤਾਂ ਸੋਹਣਾ ਸਾਹਿਬ ਸੁਣ ਪਾਲਾ ਪੈਂਦਾ ਗੋਗਾ ਸਾਹਿਬ ਦਰਬਾਰੇ ਚੌਂਕੀ ਚੌਂਕ ਦਰਬਾਰੇ ਤਾਤੀ ਵਾਲ ਵੀ ਬਾਰ ਨਾਮ ਸੁਣਾਈ ਜਾਏ ਸਾਧੂ ਗੋਬਿੰਦ ਭਜਨ ਕੀਰਤਨ ਨਾਮ ਤੀਰਤ ਮਨ ਵਿੱਚ ਜਿਤੋਂ ਜਿਤੋਂ ਤੁਮ ਕਰਾਉਣ ਦੀ ਤੇ ਚਾਰ ਸ਼ਬਦ ਦੀ ਪੰਜ ਸ਼ਬਦ ਕੀਰਤਨ ਸਭੇ ਦੇ ਕਰਦਾਸ ਦਾਸ ਜੀ ਜਾਂ ਦਾਸ ਪਰ ਇਹ ਜਿਹੜੀਆਂ ਕਿਉਂਕਿ ਤੁਹਾਡੀ ਸ਼ੁਰੂਆਤ ਇੱਥੋਂ ਹੋਣੀ ਹੈ, ਇਸ ਕਰਕੇ ਸਾਡੇ ਆਉਣ ਦਾ ਫਾਇਦਾ ਤਾਂ ਹੈ ਵੀ ਜੇ ਨਹੀਂ ਨਾ ਆਉਂਦਾ ਤਾਂ ਲਾ ਕੇ ਸੁਣੋ। ਆ ਜਿਹੜੀ ਅਸੀਂ ਪੈਨ ਡਰਾਈਵ ਦਿੰਦੇ ਹਾਂ ਉਹਦਾ ਸ਼ੁਰੂ ਚ ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਧਾ ਸੁਖਮਈ ਸਾਹਿਬ ਪਹਿਲੇ ਨਹੀਂ ਪਾਤਾ, ਅਸੀਂ ਬੱਤੀ ਪਾਠ ਬ੍ਰਹਮ ਕਵਚ ਦੇ ਪਾਤੇ ਸ਼ਸਤਰ ਨਾਮ ਵਾਲਾ ਪਹਿਲੇ ਪਾਤੇ, ਪਹਿਲੇ ਇਹਨੂੰ ਸੁਣੋ ਨਿਤਨੇਮ ਸੁਣੋ। ਸਾਰੀ ਸੰਗਤ ਆ ਮਹਾਰਾਜ ਦੇ ਹਜ਼ੂਰੀ ਚ ਔਰ ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਥਾਨ ਦੇ ਸਾਹਮਣੇ ਬੈਠੇ ਵੀ ਕਾਰਨ ਹੋਏ। ਇਹ ਜਿਹੜੀ ਤੁਸੀਂ ਮੈਨੂੰ ਬੁਲਾਇਆ ਕਰ ਸਾਹਿਬ ਨੂੰ ਬੜੇ ਗਿਆਨੀ ਬੈਠੇ ਉਹ ਬੁਲਾ ਲਿਆ ਕਰੋ, ਇਹਨਾਂ ਇਹ ਕਿੰਨਾ ਕੁ ਮੈਂ ਹੁਣ ਕੰਮ ਕਰੀ ਜਾਣਾ, ਇੱਕ ਨਾ ਇੱਕ ਦਿਨ ਤੇ ਮੈਂ ਬਹਿ ਜਾਣਾ, ਫਿਰ ਹੁਣ ਮੇਰਾ ਸਰੀਰ ਨਹੀਂ ਚੱਲਦਾ ਨਹੀਂ। ਇਸ ਕਰਕੇ ਸੰਗਤ ਇਹ ਜਿਹੜੀ ਸੰਗਤ ਆ ਨਾ, ਹੁਣ ਮੈਂ ਪਿੱਛੇ ਵੀ ਸਾਰਿਆਂ ਨੂੰ ਇਹ ਵਰਣ ਕਰਾਉਂਦਾ ਵੀ ਪਹਿਲਾਂ ਪੰਜ ਬਾਣੀਆਂ ਦਾ ਪਹਿਲਾਂ ਵਰਣ ਕਰਾਂ, ਵਹਿਰਾਸ ਤੇ ਕੀਰਤਨ ਸੋਲਾ, ਅੱਗੇ ਗੱਲ ਫੇਰ ਹੀ ਕਰਾਂਗੇ ਆਪਾਂ, ਕਿਉਂਕਿ ਤੁਸੀਂ ਹਰ ਵਾਰੀ ਸੁਣ ਲੈਂਦੇ ਹੋ ਕਥਾ ਤੇ ਹਰ ਵਾਰੀ ਸੁਣ ਸੁਣਾ ਕੇ ਫਿਰ ਚਲੇ ਜਾਂਦੇ, ਫਿਰ ਨਿਤਨੇਮ ਦੇ ਰੁਚੀ ਰਹਿ ਜਾਂਦੇ। ਹੁਣ ਮੈਨੂੰ ਕਈ ਕਹਿੰਦੇ ਨੇ ਬਾਣੀ ਕੰਠ ਨਹੀਂ ਹੁੰਦੀ, ਉਹ ਬਾਬਾ ਰਾਮ ਸਿੰਘ ਨਾਮ ਪੁੱਛਦੇ ਨੇ ਵੀ ਬਜ਼ੁਰਗ ਹੁੰਦਾ ਸੀ, ਅਮਰ ਸਿੰਘ ਲਾਗ ਰਹੀ ਸੀ, ਚਿੱਟੀ ਦਾੜੀ ਸੀ, ਬਾਬਾ ਜੀ ਸੰਥਿਆ ਕਰਾਉਂਦੇ ਹੁੰਦੇ ਸੀ ਬੱਚਿਆਂ ਨੂੰ, ਆ ਕੇ ਲਾ ਕੇ ਬਹਿ ਗਿਆ ਬਾਬਾ ਜੀ, ਕਹਿੰਦੇ ਹਾਂ
ਸਿੱਖ ਕੌਮ ਦੇ ਵਿੱਚ ਕੋਈ ਮਰਿਆਦਾ ਥੋੜੀ ਉੱਚੇ ਲਿਆ ਕੇ ਥੋੜੇ ਤੱਕ ਕੋਈ ਇਹ ਜਥੇਦਾਰਾਂ ਨੇ ਕੋਈ ਮਰਿਆਦਾ ਨਹੀਂ ਬਣਾਈ ਸੰਪਰਦਾਵਾਂ ਨੇ ਵੀ ਪਹਿਲਾ ਬੱਚਾ ਪੰਜ ਬਾਣੀਆਂ ਇਕੱਠ ਕਰੇ ਫਿਰ ਸਕੂਲ ਦਾਖਲ ਕਰਨਾ ਇਹ ਆਪਾਂ ਨੇ ਕਾਨੂੰਨ ਬਣਾਉਣੇ ਸੀ ਪਹਿਲਾ ਬੱਚਾ ਸਵਾ ਲੱਖ ਰੂਲ ਮੰਤਰ ਕਰੇ ਫਿਰ ਸਕੂਲ ਦਾਖਲ ਕਰਨਾ ਢਾਈ ਸਾਲ ਬਾਅਦ ਜਾਣਾ ਕਿਉਂਕਿ ਸਕੂਲ ਸ਼ੁਰੂ ਹੁੰਦੇ ਆ ਘਰੇ ਤੰਗ ਕਰਦਾ ਹੈ ਪਹਿਲਾਂ ਹੁੰਦਾ ਸੀ ਪੰਜ ਸਾਲ ਦਾ ਬੱਚਾ ਪੂਰਾ ਵਿਕਸਿਤ ਹੁੰਦਾ ਸੀ ਫਿਰ ਉਹਨੂੰ ਛੇਵੇਂ ਸਾਲ ਜਾ ਕੇ ਪਾਉਣਾ ਕਈ ਬੱਚੇ ਸੱਤਵੇਂ ਸੱਤਵੇਂ ਸਾਲ ਚ ਪਾਉਣੇ ਕਈਆਂ ਨੇ ਕਿ ਨਾ ਪਹਿਲਾਂ ਨਹੀਂ ਪਾਉਣਾ ਪਹਿਲਾਂ ਦਿਮਾਗ ਦੇ ਲੋੜ ਪਊਗਾ ਮੇਰਾ ਕਹਿਣ ਤੋਂ ਭਾਵ ਹੈ ਕਿ ਢਾਈ ਤਿੰਨ ਸਾਲ ਦੇ ਬੱਚੇ ਨੂੰ ਮੂਲ ਮੰਤਰ ਇਕੱਠ ਕਰਾਓ ਨਿਤਨੇਮ ਇਕੱਠ ਕਰਨਾ ਸ਼ੁਰੂ ਕਰੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਪੰਜ ਸਾਲ ਦੀ ਉਮਰ ਵਿੱਚ ਸੰਥਿਆ ਸ਼ੁਰੂ ਕੀਤੀ ਤੁਸੀਂ ਦੇਖੋ ਹੈਰਾਨੀ ਦੀ ਗੱਲ ਸੱਤ ਸਾਲ ਦੀ ਉਮਰ ਤੱਕ ਸੰਤ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਬਣੇ ਸ਼ੁੱਧ ਸਰਾਣਾ ਥੱਲੇ ਰੱਖ ਦਿੰਦੇ ਹੁੰਦੇ ਸੀ ਦੇਖਦਾ ਨੀ ਸੀ ਸੱਤ ਸਾਲ ਦੇ ਬੱਚੇ ਨੂੰ ਸਰੂਪ ਨਹੀਂ ਹੁੰਦੇ ਰੌਣਾ ਲਾਉਂਦੇ ਸੱਤ ਸਾਲ ਦੀ ਉਮਰ ਵਿੱਚ ਤੇ ਨਿਤਨੇਮ ਕੰਠ ਕਰਨਾ ਮਹਾਂਪੁਰਖਾਂ ਨੂੰ ਸਾਰੇ ਜਿੰਨੇ ਟਕਸਾਲ ਦੇ ਮਹਾਂਪੁਰਖ ਪੰਜ ਗ੍ਰੰਥੀ ਦਾ ਸੁਭਾਅ ਵੀ ਕੰਠ ਹੁੰਦੇ ਸੀ ਇਹ ਤਾਂ ਕਾਨੂੰਨ ਹੀ ਹੈ ਪੰਜ ਗ੍ਰੰਥੀ ਇਹ ਪੰਜ ਗ੍ਰੰਥੀ ਹੀ ਕਿਉਂ ਬਾਬਾ ਦੀਪ ਸਿੰਘ ਜੀ ਪੰਜ ਗ੍ਰੰਥੀ ਬਹੁਤ ਪੜ੍ਹਿਆ ਕਰਦੇ ਸੀ ਭਾਈ ਮਨੀ ਸਿੰਘ ਜੀ ਹੋਰ ਸਾਰੇ ਸਿੰਘ ਪੜ੍ਹਿਆ ਕਰਦੇ ਪੰਜ ਗ੍ਰੰਥੀ ਇਸ ਕਰਕੇ ਆਪਾਂ ਇਹ ਬੇਨਤੀ ਪ੍ਰਵਾਨ ਕਰੋ ਦੇਖੋ ਪੰਜ ਬਾਣੀਆਂ ਆਪਾਂ ਹੁਣ ਸਵੇਰੇ ਉੱਠਣਾ ਵਾ ਇਹ ਕਿਸੇ ਨੂੰ ਸੁਣੀ ਲਓ ਜਾਂ ਕੋਈ ਆਪਣੀ ਪੈਨ ਡਰਾਈਵ ਲਾ ਲਓ ਕੋਈ ਸੀਡੀ ਲਾ ਲਓ ਪੰਜ ਬਾਣੀਆਂ ਦੀ ਸੁਣੀ ਲਓ ਜੇ ਇੱਥੇ ਨਿਤਨੇਮ ਗੁਰਦੁਆਰਾ ਸਾਹਿਬ ਦਾ ਪਿੰਡ ਆਉਂਦਾ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਸੁਣ ਲਓ ਵਾਰ ਵਾਰ ਕਹਿ ਰਹੇ ਤੁਹਾਨੂੰ ਅਸਰ ਹੀ ਨਹੀਂ ਹੁੰਦਾ ਪੰਜ ਬਾਣੀਆਂ ਬਾਰੇ ਵਾਰ ਵਾਰ ਕਹਿ ਰਹੇ ਮਹਾਰਾਜ ਤੁਹਾਡਾ ਕੀ ਵਿਕਾਸ ਰਹੇ ਅਸੀਂ ਕਈ ਵਾਰ ਕਈ ਮਹਾਂਪੁਰਖਾਂ ਦੇ ਜੱਗ ਫੜਿਆ ਗਿਆ ਇਹਨਾਂ ਦਾ ਕੋਈ ਬਣਾਓ ਪਾਓ ਆਪਣੀ ਡੋਲਦੀ ਜਾਂਦੀ ਉਹ ਜਦ ਜਾ ਕੇ ਤੁਹਾਡੇ ਬਾਰੇ ਜ਼ਿਕਰ ਕਰਦੇ ਮਹਾਰਾਜ ਕੋਲੇ ਮਹਾਰਾਜ ਆਪਣੀ ਸਿੱਖ ਕੌਮ ਹੈ ਆਪਣੇ ਸਿੱਖ ਨੇ ਇਹਨਾਂ ਦਾ ਕੁਛ ਕਰੋ ਹੁਣ ਮਹਾਰਾਜ ਅੱਗੇ ਕੀ ਕਹਿੰਦੇ ਕਹਿੰਦੇ ਕਿਹੜੇ ਕਿਹੜੇ ਸਿੱਖਾਂ ਦੀ ਗੱਲ ਆਪ ਇਹ ਮੇਰੇ ਸਿੱਖ ਹੈ ਇਹ ਕਿਹੜੇ ਸਿੱਖ ਹੈ ਇਹਨੇ ਸਾਡੀ ਮਰਿਆਦਾ ਵਾਲਾ 1600 ਵਿੱਚ ਬਣਾਈ ਸੀ ਅੰਮ੍ਰਿਤ ਛਕਾ ਕੇ ਉਹ ਤੋਂ ਬਾਅਦ ਅਸੀਂ 1700 ਤੱਕ ਸਾਰੀ ਮਰਿਆਦਾ ਨੂੰ ਤਿਆਰ ਕਰਕੇ ਸਮਝਾ ਕੇ ਗਏ ਇਹਨਾਂ ਚੋਂ ਮੈਨੂੰ ਇੱਕ ਸਿੱਖ ਖੜਾ ਕਰਕੇ ਦਿਖਾ ਦਿਓ ਵੀ ਆਹ ਤੁਹਾਡੀ ਮਰਿਆਦਾ ਦੇ ਚੱਲਦਾ ਕੌਣ ਹੈ ਮੇਰੀ ਮਰਿਆਦਾ ਜਿਹੜੀ ਅਸੀਂ ਮਰਿਆਦਾ ਦਿੱਤੀ ਸੀ ਉਹ ਤਾਂ ਸਾਰੀ ਰੋਡ ਦੀ ਖੇਰੂ ਖੇਰੂ ਕਰਤੀ ਇਹ ਆਪਣੀ ਹੀ ਮਰਿਆਦਾ ਬਣਾ ਕੇ ਚਲੇ ਗਏ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਹਿ ਨਹੀਂ ਸਕਦੇ ਪਰ ਜਿੱਦਾਂ ਡੰਡਾ ਖੜਕੇ ਫਿਰ ਬਹੁਤ ਤਕੜਾ ਖੜਕਣਾ ਇਸ ਕਰਕੇ ਸੰਗਤਾਂ ਆਪਣੇ ਮਨ ਦੀਆਂ ਮਰਿਆਦਾਵਾਂ ਨੂੰ ਨਾ ਕਰੋ ਜੋ ਸਤਿਗੁਰੂ ਨੇ ਮਰਿਆਦਾ ਦਿੱਤੀ ਆਪਾਂ ਨੂੰ ਉਸ ਮਰਿਆਦਾ ਤੇ ਚੱਲਣਾ ਮਹਾਰਾਜ ਨੇ ਬਚਨ ਕੀਤਾ ਨਾ ਸੋ ਸਿੱਖ ਸਦਾ ਬੰਧ ਹੈ ਭਾਈ ਦੇ ਗੁਰ ਦੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲਿਆ ਭਾਈ ਵਿਛੜ ਚੋਟਾ ਜਦੋਂ ਦੇਖਿਆ ਨਾ ਦੋ ਤਿੰਨ
ਤਾਂ ਬਾਅਦ ਹੁਣ ਜਾਨ ਨਿਕਲਦੀ ਭੁੱਖ ਨਾਲ, ਫਿਰ ਲੰਗਰ ਸਾਹਿਬ ਜਾ ਕੇ ਪ੍ਰਸ਼ਾਦਾ ਛਕਿਆ ਹੋਇਆ ਜਾਂ ਦੋ ਚਾਰ ਪ੍ਰਸ਼ਾਦੇ ਪੌਣੇ ਬੰਨ ਕੇ ਨਾਲ ਲਿਆ ਕੇ ਰੱਖ ਲੈਣੇ ਆ, ਭੁੱਖ ਲੱਗਣੀ ਹੈ। ਜਿਵੇਂ ਕਿ ਸਾਧੂ ਬੋਧ ਹਿਮਾਚਲ ਚ ਰਹਿੰਦਾ ਸੀ, ਉਹ 30 ਰੋਟੀਆਂ ਇਕੱਠੀਆਂ ਲਿਆਉਂਦਾ ਸੀ, ਸੁੱਕੀਆਂ ਸੁੱਕ ਜਾਣੀਆਂ, ਤਾਂ ਰਾਤ ਨੂੰ ਪਾਣੀ ਪਾ ਕੇ ਜਿੱਦਾਂ ਰੋਟੀ ਨੂੰ ਧੋ ਲੈਣਾ, ਸਵੇਰੇ ਉਹ ਖਾ ਲੈਣੀ, ਬਸ ਇਹਦੇ ਨਾਲ ਹੀ ਗੁਜ਼ਾਰਾ ਹੋ ਜਾਂਦਾ। ਇਹ ਸਾਧੂ ਹੋ ਕੇ ਸਵਾਦਨ ਹੋ ਗਏ, ਕੀ ਹੋ ਸਾਧ ਵਹੀ ਤੱਕ ਜਾਂਦੀ ਹੈ ਜਾ ਕੇ ਨਹੀਂ, ਉਹ ਬਾਅਦ ਮਨ। ਇਸ ਕਰਕੇ ਜੇ ਆਪਾਂ ਸਿੰਘ ਪਹੁੰਚਣ ਦੀ ਗੱਲ ਕਰਨੀ ਹੈ, ਫਿਰ ਰਸਾਂ ਵਿੱਚੋਂ ਬਾਹਰ ਆਉਣਾ ਪੈਣਾ। ਇਹ ਜਿਹੜੀਆਂ ਨਾ ਸਤਿਗੁਰੂ ਜੀ ਨੇ ਉਹ ਜਿਹੜਾ ਸ਼ਬਦ ਉਚਾਰਨ ਕੀਤਾ ਉਹਨਾਂ ਦਾ ਕੁਛ ਹੋਰ ਕਿਹਾ, ਜੇ ਕੁਛ ਹੋਰ ਬਣਾਏ ਜਾਂਦੇ ਨੇ, ਜਿਹੜੇ ਕਿਹਾ ਨਾ ਵਾਸ ਵਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਮੈਂ ਜਦੋਂ ਮੈਂ ਰੌਲਾ ਦੇਖਿਆ ਕਿਸੇ ਚੀਜ਼ ਦਾ, ਫਿਰ ਭਾਵ ਬਹਿ ਕੇ ਵਿਚਾਰਦਾ ਆਪਣੇ ਅਨੁਭਵ ਦੁਆਰਾ ਵਿਚਾਰਦਾ, ਮੈਂ ਉਹ ਸਾਰੇ ਸ਼ਬਦ ਅਖੀਰ 'ਤੇ ਜਾ ਕੇ ਦੇਖਿਆ। ਅੱਛਾ ਇਸ ਦਾ ਅਖੀਰਲੀ ਤੁਕ ਹੈ, ਇਹਤੇ ਰਸ ਛੋੜ ਹੋਵੇ ਸੰਨਿਆਸੀ, ਉਹਨੂੰ ਛੱਡਣ ਲਈ ਰਸ ਸੋਨਾ ਰਸ ਉੱਪਰ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸਹੀਆ ਮੰਦਰ ਰਸ ਮਿੱਠਾ ਰਸ ਮਾਸ ਇਹਤੇ ਰਸ ਸਰੀਰ ਕੇ ਤੈ ਘੱਟ ਨਾਮ ਨਿਵਾਸ। ਇਸ ਕਰਕੇ ਜਿੰਨੇ ਰਸ ਨੇ ਨਾ, ਅੱਜ ਸਤਿਗੁਰਾਂ ਨੇ ਸੋਨਾ ਪਾਉਣੇ ਨਹੀਂ ਕਿਹਾ, ਵੀ ਸੋਨਾ ਜਿਹੜਾ ਸੋਨੇ ਦੇ ਉੱਤੇ ਕਲਯੁਗ ਦਾ ਬਹੁਤ ਪ੍ਰਭਾਵ ਹੈ। ਅਪਰਿਚਿਤ ਰਾਜਾ ਜਿਹੜਾ ਹੋਇਆ ਕਿ ਜਦੋਂ ਸੁਣ ਰਿਹਾ ਸੀ ਧਾਰਮਿਕ ਗ੍ਰੰਥ, ਬੁੱਧੀ ਭ੍ਰਿਸ਼ਟ ਇਹਦੇ ਮੁੱਖ ਦੇ ਉੱਤੇ ਸੋਨੇ ਦੇ ਮੁੱਖ ਦੇ ਉੱਤੇ ਕਲਯੁਗ ਮੱਖੀ ਬਣ ਕੇ ਬੈਠ ਕੇ ਬੁੱਧੀ ਭ੍ਰਿਸ਼ਟ ਕਰਦੀ ਹੈ, ਕਿਉਂਕਿ ਸੋਨੇ ਵਿੱਚ ਕਲਯੁਗ ਦਾ ਵਾਸਾ ਹੈ। ਸਤਿਗੁਰੂ ਮਹਾਰਾਜ ਕਹਿ ਸਕਦੇ ਸੀ ਆ ਖਾ ਸਕਦੇ ਹੋ ਆ ਪਹਿਨ ਸਕਦੇ ਹੋ। ਇਸ ਕਰਕੇ ਜੇ ਆਪਾਂ ਨਾਮ ਦੇ ਵਿੱਚ ਜੁੜਨਾ ਹੈ ਤਾਂ ਸਾਰੇ ਰਸ ਛੱਡਣੇ। ਜਿਹੜੇ ਮੈਂ ਗੱਲ ਕਰਨਾ ਉਹ ਕਹਿੰਦਾ ਮੈਂ 11 ਲੱਖ ਮੂਲ ਮੰਤਰ ਕਰ ਲਿਆ, ਮੈਂ ਮਾਤਾ ਜੀ ਦੇ ਸਥਾਨ ਤੇ ਜਾ ਕੇ ਮੱਥਾ ਟੇਕ ਕੇ ਅਰਦਾਸ, ਔਰ ਮਾਤਾ ਜੀ ਨੇ ਦਰਸ਼ਨ ਦੇ ਦਿੱਤੇ। ਕਹਿੰਦਾ ਬਚਨ ਵੀ ਬਹੁਤ ਸੀ, ਜਿਹੜੇ ਸਿੰਘ ਨੇ ਅੱਗੇ ਪੁੱਛਿਆ ਫੋਨ ਤੇ ਉਹਦਾ ਮਿੱਤਰ ਸੀ, ਉਹਦੇ ਘਰ ਕੋਲ ਤਾਂ ਫੋਨ ਨੇ ਦੂਜੇ ਫੋਨ ਤੇ ਫੋਨ ਕੀਤਾ ਵੀ ਸੀ। ਉਹ ਕਹਿੰਦਾ ਮਾਤਾ ਜੀ ਦਰਸ਼ਨ ਹੁੰਦੇ, ਕਹਿੰਦਾ ਬਸ ਐ ਸਮਝ ਲਈ ਇੱਕ ਗੱਲ ਹੀ, ਜਦੋਂ ਮਰਜ਼ੀ ਨੇ ਬੇਨਤੀ ਕਰਨਾ ਉਹ ਨਹੀਂ ਆ ਜਾਂਦੇ। 11 ਲੱਖ ਗੁਰ ਮੰਤਰ ਉਹਨੇ ਕੀਤਾ, ਕੋਈ ਪੈਸਾ ਨਹੀਂ ਮੰਗਿਆ, ਪਦਾਰਥ ਨੇ ਮੰਗਿਆ, ਦਰਸ਼ਨ ਮੰਗੇ। ਉਹ ਕਹਿੰਦਾ ਮਾਤਾ ਨੇ ਬੇਨਤੀ ਕੀਤੀ, ਮਾਤਾ ਜੀ ਬਾਪੂ ਜੀ ਦੇ ਦਰਸ਼ਨ ਤੱਕ ਕਰਾ ਦਿਓ। ਮਾਤਾ ਜੀ ਕਹਿੰਦੇ ਬੇਟਾ ਤੁਹਾਡੇ ਪਿਤਾ ਜੀ ਦਸਮ ਦੀ ਬਾਣੀ ਦੇ 11 ਖੁਸ਼ ਹੁੰਦੇ, ਕਹਿੰਦੇ ਉਹ ਪੜ੍ਹੋ। ਕਹਿੰਦੇ ਫਿਰ ਮਾਤਾ ਜੀ ਨੇ ਸਾਨੂੰ ਬ੍ਰਹਮ ਕਵਚ ਦਾ ਹੁਕਮ ਲਾ, ਕਹਿੰਦਾ ਫਿਰ 1.5 ਸਾਲ ਮੈਂ ਰਾਤ ਦਿਨ ਬ੍ਰਹਮ ਕਵਚ ਦਾ ਅਭਿਆਸ ਕੀਤਾ, ਫਿਰ ਮਾਤਾ ਜੀ ਨੇ ਕਰਕੇ ਧੰਨਵਾਦ ਦੇ ਦਰਸ਼ਨ ਕਰਾਏ। ਮਹਾਰਾਜ ਜੀ ਕਹਿੰਦੇ ਇੰਨਾ ਬਚਨ ਮੇਰੇ ਸਾਹਮਣੇ ਮਾਤਾ ਜੀ ਨੇ ਕਿਹਾ ਵੀ ਜਿਹੜਾ ਜਿਹਦਾ ਤੁਹਾਡੇ ਵਰਗਾ ਵਕੀਲ ਹੋਵੇ ਨਾ ਉਹਨੂੰ ਘੱਟ ਨਹੀਂ ਪੈਸਾ। ਮਾਤਾ ਜੀ ਵਕੀਲ ਸੰਤ ਜਰਨੈਲ ਸਿੰਘ ਨੂੰ ਵੀ ਦਰਸ਼ਨ ਮਹਾਰਾਜ ਨੇ ਮਾਤਾ ਜੀ ਨੇ ਕਰਾਏ ਸੀ, ਕਿਉਂਕਿ ਮੈਂ ਤਾਂ ਉਹ ਨਾਲ ਸੀ, ਮੈਂ ਪੁੱਛਿਆ ਮੈਂ ਦਰਸ਼ਨ, ਕਹਿੰਦੇ ਸਿੱਧਾ ਤਾਂ ਨਹੀਂ, ਫਿਰ ਮਾਤਾ ਜੀ ਆ ਗਏ, ਕਹਿੰਦੇ ਮੈਂ ਰੋ ਰਿਹਾ ਸੀ ਬੜਾ। ਮਾਤਾ ਜੀ ਨੇ ਪੁੱਛਿਆ ਸੀ ਪੁੱਤਰ ਕੀ ਚਾਹੁੰਦਾ, ਕਹਿੰਦੇ ਪਿਤਾ ਜੀ ਉਹਦਾ ਬਾਪੂ ਜੀ ਕਹਿੰਦੇ ਸੀ ਬਾਪੂ ਜੀ ਦਰਸ਼ਨ ਨਹੀਂ ਹੁੰਦੇ, ਕਹਿੰਦੇ ਉਹਨਾਂ ਨੇ ਬੇਨਤੀ ਕਰਨੀ। ਇਸ ਕਰਕੇ ਸਾਧ ਸੰਗਤ ਜੀ ਇਹ ਜਿਹੜਾ ਨਿਤਨੇਮ ਪਹਿਲਾਂ ਉਹਨਾਂ ਨੇ ਇਹੀ ਪੁੱਛਣਾ, ਪਹਿਲੀ ਗੱਲ ਤਾਂ ਇਹ ਪੰਜ ਬਾਣੀਆਂ ਪੜ੍ਹਨ ਵਾਲੇ ਗੱਲ ਦੇ ਮੁੱਖ ਕਰਦੇ, ਦੂਜੀ ਗੱਲ ਤਾਂ ਕਰਦੇ ਹੀ ਨਹੀਂ। ਜੇ ਤੁਸੀਂ ਕਹਿੰਦੇ ਮੈਂ ਸਿੱਖ ਹਾਂ ਮੇਰੇ ਤੇ ਖੁਸ਼ੀ ਹੋ ਜੂ, ਨਿਤਨੇਮ ਤਾਂ ਮੈਂ ਤੁਹਾਡੇ ਵੱਲ ਹੀ ਦੇਖਣਾ, ਉਹਨਾਂ ਨਿਤਨੇਮ ਦੀ ਵੱਲ ਹੀ ਦੇਖਦੇ ਵੀ ਆਹ ਸਿੰਘ ਇੱਕ ਪਿੱਛੇ ਜੇ ਸਿੰਘ ਦਾ ਲਿਹਾਜ਼ ਕੀਤਾ ਮਹਾਰਾਜ ਨੇ, ਉਹ ਗੱਲ ਸੀਗੀ
ਗਲਤੀ ਨੂੰ ਮਾਫ਼ ਕਰ ਕੇ ਤੇ ਗਲਤੀ ਹੋ ਗਈ ਤੇ ਕਹਿੰਦੇ ਅਸੀਂ ਉਹਦੀ ਸਿਫਾਰਿਸ਼ ਕੀਤੀ। ਮਹਾਰਾਜ ਜੀ ਕਹਿੰਦੇ ਵੀ ਚਲੋ ਬਾਕੀ ਤਾਂ ਗੱਲਾਂ ਠੀਕ ਹੈ ਸਾਰੀਆਂ, ਪਰ ਚੱਲ ਇੰਨੀ ਠੀਕ ਹੈ ਵੀ ਇਹ ਸੱਤ ਬਾਣੀਆਂ ਕਹਿੰਦੇ ਰੋਜ਼ ਕਰਦਾ, ਕੋਈ ਨੀ ਇਹਨੂੰ ਮਾਫ਼ ਕਰ, ਸੱਤ ਬਾਣੀਆਂ ਤੇ ਮਾਫ਼ ਕਰ। ਇੱਥੇ ਤੱਕ ਵੀ ਮਹਾਰਾਜ ਸੱਚੇ ਪਾਤਸ਼ਾਹ ਨੀਲੇ ਬਾਣਾ ਪਾਇਆ ਹੋਵੇ ਨਾ ਸਿੰਘ ਦੇ, ਕੁਛ ਵੀ ਤਾਂ ਨਾ ਕਰਦਾ ਹੋਵੇ ਤਾਂ ਨੀਲੇ ਬਾਣੇ ਨਹੀਂ ਮਾਫ਼ ਕਰ। ਕਹਿੰਦੇ ਭਾਈ ਇਹ ਬਾਣਾ ਪਾ ਕੇ ਸਿੰਘਾਂ ਨੇ ਬਹੁਤ ਸ਼ਹੀਦੀਆਂ ਦਿੱਤੀਆਂ ਹੋਈਆਂ, ਚੱਲ ਕੋਈ ਨੀ ਬਾਣਾ ਦਾ ਪਾਇਆ, ਬਾਣੇ ਲੈ ਲੈਂਦੇ ਸੱਚੇ ਪਾਤਸ਼ਾਹ, ਬਾਣੇ ਦੀ ਮਾਫ਼ ਕਰ ਦਿੰਦੇ। ਹੁਣ ਨਾ ਤੇ ਸਾਡੀ ਸੰਗਤ ਬਾਣੇ ਪਾਉਂਦੀ, ਨਾ ਸਾਡੀ ਸੰਗਤ ਹੁਣ ਨਿਤਨੇਮ ਕਰਦੀ ਹੈ, ਨਾ ਤੁਸੀਂ ਰਹਿ ਰਾਸ ਨਿਕਲਣਾ ਪੜ੍ਹਦੇ ਹੋ, ਤੇ ਨਾ ਤੁਸੀਂ ਮੂਲ ਮੰਤਰ ਗੁਰਮੰਤਰ ਕਰਦੇ ਹੋ। ਇਹ ਜਿਹੜਾ ਗੁਰਮੰਤਰ ਹੈ ਇਹ ਤੁਸੀਂ ਟਾਈਮ ਵੱਧ ਤੋਂ ਵੱਧ ਕੱਢ ਕੇ ਦੋ ਦੋ ਘੰਟੇ ਸਵੇਰੇ ਸ਼ਾਮ ਕਰਨਾ ਪੈਂਦਾ, ਮਿਹਨਤ ਕਰਨੀ ਪੈਣੀ ਆ, ਦੋ ਘੰਟੇ ਚਾਰ ਘੰਟੇ ਛੇ ਛੇ ਘੰਟੇ ਅੱਠ ਅੱਠ ਘੰਟੇ ਵਾਲੇ ਗੁਰਮੁਖ ਬੈਠੇ ਉਹ ਆਪਣਾ ਅਭਿਆਸ ਕਰਦੇ ਆ ਕਰਦੇ ਆ ਕਰਦੇ ਆ। ਬੜੀ ਬਖਸ਼ਿਸ਼ ਹੁੰਦੀ ਮਹਾਰਾਜ ਦੀ ਕਿਰਪਾ ਨਾਲ। ਇਸ ਕਰਕੇ ਮਹਾਰਾਜ ਜੀ ਬਚਨ ਜਿਵੇਂ ਕਰ ਦਰਸ਼ਨ ਪਰਸਿਆ ਗੁਰੂ ਕੈ, ਦਰਸ਼ਨ ਪਰਸਿਆ ਇੱਕ ਹੁੰਦਾ ਪਰਸਿਆ, ਬਿਹਾਰੀ ਤੇ ਸਿਆਰੀ ਦਾ ਫਰਕ ਹੈ, ਜਿਵੇਂ ਆ ਸੋਹਣਿਆ ਸਿੱਧ ਪੀਰ ਸੋਧਾ, ਆਪਾਂ ਕਹਿੰਦੇ ਹਾਂ ਸੁਣੀਏ ਸਿੱਧ ਪੀਰ ਸੋਧਾ, ਇਹ ਸੁਣੀਏ ਤਾਂ ਲਿਖੀ ਨਹੀਂ ਹੋਇਆ, ਫਿਰ ਉੱਥੇ ਨਾਰਾਜ਼ੀ ਹੋ ਜਾਂਦੀ ਵੀ ਇਹ ਸੁਣੀਏ ਸੋਹਣੇ ਹੈ। ਇਸੇ ਪ੍ਰਕਾਰ ਜਿਹੜਾ ਦਰਸ਼ਨ ਪਰਸਿਆ, ਪਰਸਿਆ ਨਹੀਂ ਹੈਗਾ ਉੱਥੇ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ, ਹੁਣ ਇਹ ਹੁੰਦਾ ਇੱਕ ਹੁੰਦਾ ਸਪਰਸ਼ ਕਰਨਾ, ਸਪਰਸ਼ ਹੁੰਦਾ ਨਾ ਹੱਥਾਂ ਨਾਲ ਚਰਨ ਨੂੰ ਸਪਰਸ਼ ਕੀਤਾ, ਇੱਕ ਹੁੰਦਾ ਦਰਸ਼ਨ ਪਰਸਣਾ ਅੱਖਾਂ ਨਾਲ ਦਰਸ਼ਨ ਪਰਸੀ ਦਾ, ਦਰਸ਼ਨ ਪਰਸੇ ਗੁਰੂ ਕੈ ਕੇਵਲ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਨ ਮਾਤਰ ਹੀ ਜਨਮ ਮਰਨ ਦੁੱਖ ਜਾ। ਅਫਸੋਸ ਤਾਂ ਇਸ ਗੱਲ ਦਾ ਦਾਤ ਇੰਨੀ ਵੱਡੀ ਦੇਤੀ ਮਹਾਰਾਜ ਨੇ, ਕਦਰ ਨਹੀਂ ਹੋਈ, ਸੋਝੀ ਨਹੀਂ ਹੈ ਕਿਸੇ ਗੱਲ ਦੀ, ਇਹ ਕਹੋ ਵੀ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ ਆਪਾਂ ਨੇ। ਇਹ ਵੀ ਬੜੀਆਂ ਬੜੀਆਂ ਕਲਾਸਾਂ ਲੱਗਦੀਆਂ ਮਹਾਤਮਾ ਕੋਲ ਰਹਿ ਕੇ, ਬੜੀ ਬੜੀ ਸਿੱਖਿਆ ਕਿਸੇ ਕਿਸੇ ਦੀ ਮਿਹਰ ਹੁੰਦੀ ਹੈ, ਬਹੁਤ ਇਹਨਾਂ ਚੀਜ਼ਾਂ ਬਾਰੇ ਦਿਮਾਗ ਲੱਗਦਾ, ਸੰਗਤ ਹੁੰਦੀ ਹੈ, ਆਪ ਸੰਗਤਾਂ ਇਸ ਗੱਲ ਦੇ ਉੱਤੇ ਜ਼ਰੂਰ ਪਹਿਰਾ ਕਰੋ ਕਿ ਪੰਜ ਬਾਣੀਆਂ ਅਸੀਂ ਚਾਹੇ ਛੋਟਾ ਵੱਡਾ ਮਾਈ ਭਾਈ ਅਨਪੜ੍ਹ ਪੜ੍ਹੋ, ਪੜ੍ਹਿਆ ਲਿਖਿਆ ਕੋਈ ਵੀ ਤੁਹਾਡੇ 'ਚ ਬੈਠਾ, ਅਸੀਂ ਤੁਹਾਨੂੰ ਕਿ ਚਾਰ ਵਜੇ ਸਵੇਰੇ ਉੱਠ ਗ੍ਰਿਸਤੀ ਬੰਦੇ ਵਰਕਾਰ ਜੀ ਕਰਨੇ, ਪੰਜ ਉੱਠੋ, ਉੱਠ ਕੇ ਇਸ਼ਨਾਨ ਪਾਣੀ ਆਪਣਾ ਕਰਕੇ ਨਿਤਨੇਮ ਜ਼ਰੂਰ ਕਰਨਾ, ਬਸ ਇਹ ਪੱਕਾ ਪਾਲਣ ਕਰ ਲੈਣਾ। ਇਹ ਵੀ ਜਿਵੇਂ ਕਹਿੰਦਾ ਯੂਨੀਵਰਸਿਟੀ ਹੈ ਜਾਂ ਕਾਲਜ ਹੈ, ਕਹਿੰਦੇ ਇਹਦੀਆਂ ਹਾਜ਼ਰੀਆਂ ਘੱਟ ਨੇ ਤਾਂ ਵੀ ਰੋਲ ਨੰਬਰ ਭੇਜਿਆ, ਤੁਹਾਡੀਆਂ ਜਿਹੜੀਆਂ ਨਿਤਨੇਮ ਦੀਆਂ ਹਾਜ਼ਰੀਆਂ ਬਹੁਤ ਘੱਟ, ਕਿੰਨੀਆਂ ਕਾਲਜੀਆਂ ਤੁਹਾਡੇ ਨਿਤਨੇਮ ਦੀਆਂ ਜੇ ਗਿਣ ਕੇ ਦੇਖੀ, ਤੁਹਾਡੀ ਜਾਦੀ ਜ਼ਿੰਦਗੀ ਸ਼ੁਰੂ ਹੋਈ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਪੰਜ ਬਾਣੀਆਂ ਪਹਿਲਾਂ ਸਵੇਰੇ ਕਰਨੀਆਂ, ਫਿਰ ਰਹਿ ਰਾਸ ਤੋਂ ਪਹਿਲਾਂ ਪੰਜ ਬਾਣੀਆਂ ਕਰਨੀਆਂ, ਫਿਰ ਰਹਿ ਰਾਸ ਕਰਨੀਆਂ। ਇੱਕ ਦਿਨ ਕਿਸੇ ਕਹਿੰਦਾ ਮਹਾਰਾਜ ਜੀ ਤੁਸੀਂ ਸ਼ਾਮ ਨੂੰ ਪੜ੍ਹਦੇ ਪੰਜ ਬਾਣੀਆਂ, ਕਹਿੰਦੇ ਜਿਹੜਾ ਭਾਈ ਪਿੱਛੇ ਰਹਿ ਗਿਆ ਸੀ ਉਹ ਕੋਟਾ ਪੂਰਾ ਕਰ ਰਿਹਾ, ਕਹਿੰਦੇ ਪਹਿਲੇ ਸੱਚਖੰਡ ਜਾਵਾਂਗੇ ਉੱਥੇ ਪੁੱਛਦੇ ਆ ਵੀ ਨਿਤਨੇਮ ਕਿੰਨਾ ਰਹਿ ਗਿਆ ਸੀ ਉਹ ਛੱਡ ਕਰ ਦਿੱਤਾ। ਇਸ ਕਰਕੇ ਨਿਤਨੇਮ ਦੀ ਪਰਿਪੱਕਤਾ ਜ਼ਰੂਰੀ ਹੈ, ਕਿਉਂਕਿ ਇਸ ਤੋਂ ਗੱਲ ਤੱਕ ਤਾਂ ਕਰੀਏ ਨਾ, ਪਹਿਲਾਂ ਤੁਸੀਂ ਨਿਤਨੇਮ ਆਉਂਦਾ ਕਰਦੇ। ਇਸ ਕਰਕੇ ਵਾਰ ਵਾਰ ਮੈਂ ਬੇਨਤੀ ਕਰਦਾ, ਪੈਨ ਡਰਾਈਵ ਲੈ ਲਓ, ਕੁਛ ਵੀ ਲੈ ਲਓ, ਦੂਜੇ ਤੋਂ ਸੁਣ ਲਓ, ਅੱਜ ਕੱਲ੍ਹ ਤਾਂ ਮੇਰਾ ਖਿਆਲ ਚੈਨਲਾਂ ਦੇ ਉੱਤੇ ਵੀ ਨਿਤਨੇਮ ਆਉਂਦਾ ਸਾਰਾ, ਪਰ ਇਸ ਤੋਂ ਜ਼ਿਆਦਾ ਸਹੂਲਤ ਨਹੀਂ ਤੁਹਾਨੂੰ ਮਿਲਣੀ। ਇਸ ਕਰਕੇ ਸਾਰੀ ਸੰਗਤ ਇਸ ਗੱਲ ਦੇ ਉੱਤੇ ਜ਼ਰੂਰ ਸਹਿਮਤ ਹੋਵੋ ਕਿ
ਅਸੀਂ ਸਾਰੇ ਅੱਜ ਤੋਂ ਪੰਜ ਬਾਣੀਆਂ ਪੜ੍ਹਾਂਗੇ, ਰਹਿ ਰਾਜ ਦਾ ਪਾਠ, ਚਾਹੇ ਕੁਛ ਵੀ ਹੋ ਜਾਏ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿੰਨਾ ਮਰਜ਼ੀ ਨੁਕਸਾਨ ਹੋ ਗਿਆ, ਰਹਿ ਰਾਸ ਪੜ੍ਹ ਲਓ, ਕਲਗੀ ਧਰਮ ਮਹਾਰਾਜ ਉਹਨੂੰ 10 ਗੁਣਾ ਜ਼ਿਆਦਾ ਦੇ ਦੇਣਗੇ। ਆਖੋ ਕੱਖ ਕੇ ਸਤਨਾਮ ਮਹਾਰਾਜ ਦੇ ਦੇਣਗੇ। ਇਹ ਇਹੀ ਚੀਜ਼ ਤੁਹਾਨੂੰ ਸਿਖਾਉਣੀ ਪੈਂਦੀ ਆ ਵੀ ਜੇ ਮਹਾਰਾਜ ਖੁਸ਼ ਹੋ ਜਾਣ ਤੇ ਇੱਕ ਚੀਜ਼ ਦੇ ਦਿੰਦੇ, ਨਿਤਨੇਮ ਤੇ ਖੁਸ਼ ਹੋ ਕੇ ਬਹੁਤ ਕੁਛ ਬਖਸ਼ਿਸ਼ ਕਰਦੇ। ਇਸ ਕਰਕੇ ਜਿਹੜੀ ਸੰਗਤ ਤੁਹਾਡੇ ਚ ਨਿਤਨੇਮ ਨਹੀਂ ਕਰਦੀ ਔਰ ਐਵੇਂ ਥਾਂ ਥਾਂ ਤੁਰੇ ਫਿਰ ਕੇ ਸਾਨੂੰ ਸ਼ਬਦ ਦਾ ਆਦੋ ਕੋਈ ਜਵਾਬ ਜਕਾਰਾ ਛੱਡਦਾ ਹੁਣ ਸਾਰਿਆਂ ਨੇ ਗੱਜ ਕੇ ਜਕਾਰੇ ਦਾ ਜਵਾਬ ਦਿੰਦਾ। ਕੋਈ ਕਹਿ ਨਾ ਕਿ ਨੇਤਰ ਅੰਧ ਸੇ
ਮੇਰਾ ਅੰਨਿਆ ਸੀ ਸਤਿਗੁਰ ਮੇਰਾ ਦ੍ਰਿਸ਼ਟੀ ਖੁੱਲੀ ਸਤਿਗੁਰਾਂ ਨੂੰ ਮਿਲਣੇ ਕਰਕੇ ਮੇਰੀ ਦ੍ਰਿਸ਼ਟੀ ਖੁੱਲੀ ਹੈ ਇਸ ਕਰਕੇ ਆਪਾਂ ਸਾਰੀਆਂ ਸੰਗਤਾਂ ਨੇ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ ਹੱਥਾਂ ਦੇ ਨਾਲ ਚੌਕ ਸਾਫ ਕਰਨਾ ਸੇਵਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰਨੀਆਂ ਨਿਸ਼ਾਨ ਸਾਹਿਬ ਦੀਆਂ ਪਰਿਕਰਮਾ ਕਰਨੀਆਂ ਇਹ ਮੇਰੇ ਪ੍ਰੈਕਟੀਕਲੀ ਗੱਲ ਜਾਂਦੀ ਹੈ ਉਹਨਾਂ ਹੀ ਬਹੁਤ ਲੋਕਾਂ ਨੇ ਜਿੱਥੇ ਐਵੇਂ ਕਿਤਾਬਾਂ ਜਾਂ ਜਾ ਕੇ ਪੜ੍ਹ ਕੇ ਆ ਗਿਆ ਕਰਨ ਕਿਉਂ ਜਿੰਨੇ ਵੀ ਮਹਾਂਪੁਰਖ ਨੇ ਉਹਨਾਂ ਕੋਲ ਰਹਿ ਰਹਿ ਕੇ ਕੋਲ ਬੈਠ ਬੈਠ ਕੇ ਮਹਾਰਾਜ ਜੀ ਅੱਗੇ ਲੱਗ ਲੱਗ ਕੇ ਸਭ ਕੁਛ ਸਿਖਾਉਂਦੇ ਨੇ ਆਪਣੇ ਪਿਆਰਿਆਂ ਨੂੰ ਮੇਰੀਆਂ ਪ੍ਰਕਰਮਾ ਕਰਨੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾ ਕਰਨੀਆਂ ਹੁਣ ਆਪਣੇ ਇਲਾਕੇ ਚ ਕੋਈ ਗਿਆ ਹੋਣਾ ਹਜ਼ੂਰ ਸਾਹਿਬ ਜਾਂ ਸ੍ਰੀ ਅਨੰਦਪੁਰ ਸਾਹਿਬ ਜੀ ਕਹਿਣਗੇ ਅਸੀਂ ਪੈਦਲ ਜਾ ਕੇ ਆਇਆ ਆਪਾਂ ਅੱਗੇ ਰਿਕਸ਼ਾ ਹਜ਼ੂਰ ਸਾਹਿਬ ਜਾ ਕੇ ਆਇਆ ਤਾਂ ਆਪਾਂ ਚਾਬੀ ਹੱਥ ਲਾਉਣ ਤੱਕ ਜਾਂਦੇ ਹਾਂ ਪਰ ਜੇ ਮੈਂ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਗਿਆਰਾਂ ਪ੍ਰਕਰਮਾ ਕਰਨ ਉਹ ਵੀ ਤਾਂ ਵਧੀਆ ਚੀਜ਼ ਹੁੰਦੀ ਹੈ ਪਰ ਉਹਨੂੰ ਕਹਿਣਗੇ ਗੁਰਮਤ ਲਿਖਿਆ ਪ੍ਰਕਰਮਾ ਕਰਨੀ ਗੁਰਮਤ ਹੀ ਹੈ ਤਾਂ ਹੁਣ ਇੱਕ ਮੈਂ ਕਿਤੇ ਆਨੰਦਕਾਰ ਸੀ ਗ੍ਰੰਥੀ ਸਿੰਘ ਕਹਿੰਦਾ ਤੇ ਆਪਾਂ ਫਿਰ ਜਦ ਇੱਕ ਕਲਾਮ ਕਰ ਲੈਣਗੇ ਬੱਚਾ ਬੱਚੀ ਵੀ ਉੱਥੇ ਸਾਹਮਣੇ ਖੜ ਜਾਣਗੇ ਆ ਕੇ ਕਹਿੰਦਾ ਤੁਹਾਡਾ ਕੀ ਸ਼ਾਇਦ ਬਿਠਾ ਦਈਏ ਵੀ ਪੜ੍ਹਾਈ ਰੱਖੀਏ ਆਪਾਂ ਹੁਣ ਤੱਕ ਤਾਂ ਬਿਠਾਉਂਦੇ ਹੀ ਆਏ ਹੁਣ ਤੋਂ ਨਵੀਂ ਸ਼ੁਰੂ ਕਰ ਲੈਂਦੇ ਹਾਂ ਅਗਰ ਰਹਿਣ ਦੇ ਤੋਂ ਆਪਣੀ ਮਰਿਆਦਾ ਨੂੰ ਇਸ ਕਰਕੇ ਹੌਲੀ ਹੌਲੀ ਪਿੰਡਾਂ ਦੇ ਵਿੱਚ ਇਹ ਚੱਲਦਾ ਸੀ ਵੀ ਪ੍ਰਕਰਮਾ ਜਿਹੜੀ ਸੀ ਨਾ ਪ੍ਰਕਰਮਾ ਭਾਈ ਚੁੰਦੇ ਤੁਰਤ ਕਹਿੰਦੇ ਕਿਉਂ ਕਹਿੰਦੇ ਕਿ ਤੇਰੇ ਨਾਲ ਨਾ ਕੋਈ ਦਰ ਵਿਆਹ ਹੋਵੇ ਇਹ ਜਿਹੇ ਦੌਰ ਸਾਡੇ ਹੈਗੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਚਾਰ ਨਾਂ ਦੇ ਨਾਲ ਹੋਈ ਆਤਮਕ ਵਿਆਹ ਦਾ ਵੈਸੇ ਉਹ ਪ੍ਰਸੰਗ ਹੈ ਸਾਰਾ ਉਹਦੇ ਅਰਥ ਸੁਣ ਕੇ ਦੇਖਿਓ ਇਸ ਕਰਕੇ ਮਹਾਰਾਜ ਮੈਂ ਤੈਨੂੰ ਸੌਖੇ ਸੌਖੇ ਦੱਸ ਦਿੰਦਾ ਜਿਵੇਂ ਇੱਕ ਬੰਦਾ ਥੋੜ੍ਹੇ ਦਿਨ ਪਹਿਲਾਂ ਮੈਨੂੰ ਕਹਿੰਦਾ ਦਸਮ ਦੁਆਰ ਤੱਕ ਪਹੁੰਚਣ ਲਈ ਇੱਕ ਸ਼ੋਰਟਕਟ ਰਸਤਾ ਹੈਗਾ ਮੈਂ ਕਿਹਾ ਐਂ ਕਰ ਲੋਹੇ ਦਾ ਥੋੜਾ ਦਾ ਕਹਿੰਦਾ ਸਿਰ ਚ ਮਾਰ ਖੁੱਲ ਜੂਗਾ ਬਸ ਇਹ ਸੁੱਖ ਸਿੱਧਾ ਹੀ ਰਾਹ ਹੈ ਕਹਿੰਦਾ ਇਹ ਤਾਂ ਮੈਂ ਕਰ ਚੁੱਕਾ ਮੈਂ ਕਹਿੰਦੇ ਹੁਣ ਮੈਂ ਤਾਂ ਦਸਮ ਦੁਆਰ ਪੌੜੀ ਲਾ ਕੇ ਨਿਆਣਿਆਂ ਨੇ ਗੱਲਾਂ ਕਰਦੇ ਦਸਮ ਦੁਆਰ ਤੁਹਾਡਾ ਇੱਕਦਮ ਕਿੱਦਾਂ ਖੁੱਲ ਜੂਗਾ ਇੱਥੇ ਬੈਠ ਬੈਠ ਗਿੱਟੇ ਘੱਸਦੇ ਕੋਟੇ ਘੱਸਦੇ ਬੰਦੇ ਨੇ ਇੰਨੀ ਮਿਹਨਤ ਮਹਾਂਪੁਰਖ ਸਾਰੀ ਸਾਰੀ ਰਾਤ ਬੈਠ ਕੇ ਕਰਦੇ ਨੇ ਤੁਸੀਂ ਹਰੇਕ ਚੀਜ਼ ਨੂੰ ਸ਼ੋਰਟਕਟ ਵਿੱਚ ਹੀ ਲੱਭਦੇ ਹੋ ਮਿਹਨਤ ਘੱਟ ਕਰਨੀ ਹੋਵੇ ਮੈਂ ਕਹਿੰਦਾ ਜੇ ਤੁਸੀਂ ਸਤਿਗੁਰ ਦੇ ਰਿਸ਼ੀਆਂ ਮੁੰਡੇ ਦੇਖੋ ਨਾ ਉਹ ਤੁਸੀਂ ਤਾਂ ਕੱਖ ਵੀ ਨੀ ਕਰਦੇ ਅਜਾ ਸੰਤੋਖਾ ਜੋ ਵੀ ਨਿਕਲਿਆ ਨਾ ਸ੍ਰੀ ਸੰਤੋਖ ਸਰ ਸਾਹਿਬ ਪੜ੍ਹਦੇ ਗਏ ਪੜ੍ਹਦੇ ਗਏ ਸਰੋਵਰ ਪੱਟਿਆ ਥੱਲੇ ਮੱਠ ਨਿਕਲਿਆ ਹੌਲੀ ਹੌਲੀ ਦਰਵਾਜ਼ਾ ਦੇਖਿਆ ਖੁੱਲਿਆ ਮਹਾਰਾਜ ਨੂੰ ਕਹਿੰਦੇ ਮਹਾਰਾਜ ਮਾਠ ਨਿਕਲਿਆ ਵਿੱਚ ਬੰਦਾ ਬੈਠਾ ਕਹਿੰਦੇ ਭਾਈ ਕੁਛ ਨੀ ਕਰਨਾ ਅਸੀਂ ਆ ਰਹੇ ਹਾਂ ਬਦਾਮ ਲੋਕ ਕਸਤੂਰੀ ਦੇ ਕੇਸਰ ਰਲਾ ਕੇ ਮਹਾਰਾਜ ਜੀ ਨੇ ਥੋੜ੍ਹਾ ਇੱਥੋਂ ਪੋੜਪੜੀਆਂ ਚੱਸੀਆਂ ਚੱਸਿਆ ਤੇ ਤਲੀਆਂ ਚਸਾਈਆਂ ਹੌਲੀ ਹੌਲੀ ਫਿਰ ਅੱਖਾਂ ਖੋਲੀਆਂ ਕਹਿੰਦਾ ਕਾਲੇ ਯੁੱਗ ਦਾ ਸਮਾਂ ਕਹਿੰਦੇ ਹਾਂ ਜੀ ਆਪ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਹਾਂ ਕਹਿੰਦੇ ਮੈਂ ਸਤਿਗੁਰ ਚ ਬੈਠਾ ਸਮਾਧੀ ਦਾ ਬਾਬਾ ਬੁੱਢਾ ਜੀ ਪਿੱਛੇ ਖੜੇ ਕਰਦੇ ਬਾਬਾ ਜੀ ਐਂ ਕਰੀ ਜਾਂਦੇ ਸਾਰੀ ਸੰਗਤ ਦੇਖੀ ਜਾਂਦੀ ਬਾਬਾ ਜੀ ਐਂ ਕਿਉਂ ਕਰਦੇ ਉਹ ਕਹਿੰਦਾ ਉਹ ਕਹਿੰਦੇ ਬਾਬਾ ਜੀ ਕੀ ਪੁੱਛਿਆ ਕਹਿੰਦਾ ਮੈਂ ਪੁੱਛਿਆ ਪੰਜ ਜਿੱਤ ਲਏ ਉਹਨਾਂ ਨੇ ਸਤਿਗੁਰ ਦਾ ਸਮਾਧੀ ਲਾ ਕੇ ਬੈਠਾ ਪੰਜ ਨਹੀਂ ਜਿੱਤ ਹੋਏ ਇਸ ਕਰਕੇ ਉਹ ਮੱਠ ਦੇ ਵਿੱਚੋਂ ਜਦੋਂ ਨਿਕਲੇ ਮੱਠ ਵਿੱਚੋਂ ਕਈ ਥਾਈ ਬੰਦੇ ਨਿਕਲੇ ਇਸ ਕਰਕੇ ਉਹ ਇੰਨਾ ਇੰਨਾ ਲੰਬੀਆਂ ਸਮਾਧੀਆਂ ਆ ਪਿੱਛੇ ਜੀ ਇੱਕ ਵਾਰੀ ਸਿੰਘ ਕਨੇਡਾ ਗੁਰਦੁਆਰਾ ਸੈਕਟਰੀ ਹੋ ਗਿਆ ਸੀ ਹੇਮਕੁੰਟ ਸਾਹਿਬ ਦਰਸ਼ਨ ਕਰਨ ਉਹ ਕਿਤੇ ਪਹਾੜ ਡਿੱਗ ਪਿਆ ਜਦੋਂ ਬੱਸ ਰੁਕ ਗਈ ਉਹ ਕਹਿੰਦਾ ਜੀ ਦੋ ਦਿਨ ਤਾਂ ਹੁਣ ਆਰਾਮ ਹੋਏ ਸੀ ਉਹ ਕਹਿੰਦੇ ਅਸੀਂ ਚਲੋ ਹੌਲੀ ਹੌਲੀ ਫਿਰ ਪਹਾੜੀ ਤੇ ਚੜ੍ਹ ਗਏ ਅੱਗੇ ਚਲੇ ਗਏ ਅੱਗੇ ਚਲੇ ਗਏ ਕਹਿੰਦੇ ਇੱਕ ਦਰਖਤ ਦੇ ਪੱਥਰ ਦੇ ਉਹਦੇ
ਬੜੇ ਖਾਂ ਬਣਿਆ। ਕਹਿੰਦੇ ਬੱਕਰੀ ਨੇ ਚਾਰ ਨਾਲ ਲੜਕਾ, ਉਹ ਕਿਸੇ ਬੂਟੀ ਦੀ ਨਾ ਕੁੱਟ ਕੇ ਚਟਨੀ ਕੁੱਟ ਕੇ ਗੋਲੀ ਜੀ ਬਣਾਈ ਤੇ ਇੱਥੇ ਰੱਖ ਗਿਆ। ਉਹਦੇ ਇੱਥੇ ਰੱਖੀ ਉਹਨੇ ਇਹ ਸਮਾਧੀ ਚ ਅੰਦਰ ਸੁੱਟੀ। ਕਹਿੰਦਾ ਅਸੀਂ ਉਹਨੂੰ ਪੁੱਛਿਆ ਕਾਕਾ ਜੀ ਕੀ ਰੱਖਿਆ? ਕਹਿੰਦਾ ਪਹਿਲਾਂ ਮੇਰੇ ਦਾਦਾ ਜੀ ਗੋਲੀ ਰੱਖਦੇ ਹੁੰਦੇ ਸੀ ਇਹਦੇ ਹੱਥ, ਪਹਿਲਾਂ ਮੇਰਾ ਪੜਦਾਦਾ ਵੀ ਰੱਖਦਾ ਰਿਹਾ, ਫਿਰ ਮੇਰੇ ਪਿਤਾ ਜੀ ਰੱਖਦੇ ਰਹੇ। ਕਹਿੰਦੇ ਇੱਕ ਬੂਟੀ ਹੈ ਜਿਹਨੂੰ ਜੇ ਖਾਂਦੇ ਨੇ ਤੇ ਉਹਦੇ ਨਾਲ ਸਰੀਰ ਕਾਇਮ ਰਹਿੰਦਾ। ਕਹਿੰਦੇ ਇਹਦੀ ਦੇਰ ਦਾ ਬੈਠਾ ਇਹਦੀਆਂ ਕਹਿੰਦੇ ਹੱਡੀਆਂ ਨਿਕਲੀਆਂ ਪੀਜੇ ਨਿਕਲ, ਤੁਹਾਨੂੰ ਤੁਹਾਨੂੰ ਕੀ ਹੋਇਆ? ਤੁਸੀਂ ਪੰਜ ਬਾਣੀਆਂ ਦੀ ਲਾਉਣ ਲੱਗ ਗਏ, ਤੁਹਾਨੂੰ ਕਿ ਪੰਜ ਜਪਜੀ ਸਾਹਿਬ ਕਰ ਲਓ ਉੱਥੇ ਹੀ ਬ੍ਰੇਕਾਂ ਲੱਗ ਜਾਂਦੀਆਂ। ਉਹ ਤੁਹਾਨੂੰ ਉਦਾਹਰਣਾਂ ਦਿੱਤੇ ਆ ਵੀ ਮਹਾਂਪੁਰਖ ਭਾਈ ਸੌ ਸੌ ਜਪਜੀ ਸਾਹਿਬ, ਡੇਢ ਡੇਢ ਸੌ ਪਾਠ, ਪੱਚੀ ਪੱਚੀ ਆਮ ਜਪਜੀ ਸਾਹਿਬ ਦੇ ਕਰਦੇ ਸੀ, ਤਾਂ ਤੁਸੀਂ ਬਿਲਕੁਲ ਹੀ ਛੱਡ ਗਏ ਸਾਰਾ ਕੁਛ। ਇਸ ਕਰਕੇ ਆਪਾਂ ਸੰਗਤ ਇਸ ਗੱਲ ਦਾ ਜ਼ਰੂਰ ਖਿਆਲ ਕਰੋ, ਸਤਿਗੁਰਾਂ ਨੇ ਸਾਨੂੰ ਦੋ ਦਾਤਾ ਇਹ ਬਖਸ਼ੀਆਂ, ਸੇਵਾ ਅਤੇ ਸਿਮਰਨ। ਇੱਕ ਦਾਤ ਇਹੋ ਜਿਹੀ ਵੱਡੀ ਸਭ ਤੋਂ ਜੋ ਗੁਰੂ ਅਰਜਨ ਦੇਵ ਜੀ ਨੇ ਬਖਸ਼ੀ, ਉਹ ਹੈ ਸ਼ਹੀਦੀਆਂ ਦੀ ਪਰੰਪਰਾ, ਰਜਾ ਵਿੱਚ ਰਾਜੀ ਰਹਿਣ ਦੀ ਪਰੰਪਰਾ। ਰਜਾ ਵਿੱਚ ਰਾਜੀ ਰਹਿਣਾ, ਇੱਕ ਤਾਂ ਚਲੋ ਬੰਦਾ ਗਰੀਬ ਆ ਜਾਂ ਕਮਜ਼ੋਰ ਆ, ਉਹਨੂੰ ਦਸ ਬੰਦੇ ਕੁੱਟ ਰਹੇ ਨੇ, ਉਹ ਚ ਕੋਈ ਤਾਕਤ ਵੀ ਹੈ ਨਹੀਂ, ਨਾ ਰੂਹਾਨੀ ਸੱਤਾ ਨਾ ਸਰੀਰ ਕਰਕੇ ਜੋ ਉਹਨੂੰ ਤਾਂ ਕੁੱਟਦਾ। ਬਾਅਦ ਚੋਂ ਕੁੱਟ ਕੱਟ ਖਾ ਕੇ ਆਖਿਆ ਆਪਾਂ ਤਾਂ ਰੱਬ ਦੀ ਰਾਜਾ ਜੀ ਰਹੇ, ਤੇ ਤੂੰ ਕਿਹੜਾ ਕਹਿੰਦੇ ਲੱਤ ਭਾਲ ਲੈਣੀ ਸੀ, ਗਰੀਬ ਆਦਮੀ ਤੂੰ ਤਾਕਤ ਕਰੇ ਚਾਹੀਦੀ। ਇਹਨੂੰ ਰਜਾ ਨਹੀਂ ਕਿਹਾ, ਰਜਾ ਉਹ ਕਿ ਖੰਡਾ ਬ੍ਰਹਿਮੰਡਾਂ ਨੂੰ ਮਾਰ ਖੋ ਕੇ ਸ੍ਰਿਸ਼ਟੀ ਦਾ ਨਾਸ ਕਰਦੇ ਨੇ ਇੱਕ ਫੂਕ ਮਾਰ ਕੇ। ਇੰਨੀ ਸਮਰੱਥਾ ਦੇ ਹੁੰਦਿਆਂ ਹੋਇਆ ਵੀ ਤੱਤੀ ਤੱਤੀ ਤੇ ਬਹਿ ਕੇ ਫਿਰ ਵੀ ਕਿਹਾ ਤੇਰਾ ਕੀ ਆ ਮਿੱਠਾ ਲਾ ਆ ਨਾਮ ਦਾਸ ਦੇਖੋ ਫੁੱਟਬਾਲ ਦਾ ਹਾਕੀ ਦਾ ਮੈਚ ਹੈ, ਮੰਨ ਲਓ
ਸਾਰੇ ਨੇ ਇਕੱਠੇ ਹੋ ਗਏ, ਦਸ ਵਾਰੀ ਉਧਰਲੇ ਫੱਟੇ ਤੇ ਮਾਰਦੇ, ਦਸ ਵਾਰੀ ਉਧਰ ਮਾਰਦੇ, ਚੱਲਦਾ ਇਹ ਕਾਹਦਾ ਮੈਚ ਹੋਇਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੀ ਨਿਰੰਕਾਰ ਜੀ ਨੇ ਜੋ ਵਿਧੀ ਵਿਧਾਨ ਬਣਾਇਆ ਨਾ, ਉਸ ਕੋਈ ਆਪਾਂ ਚੱਲਣਾ। ਹੁਣ ਇਸ ਵਕਤ ਜਿਹੜੇ ਪੰਥ ਦੇ ਵਿਰੁੱਧ ਬੋਲਦੇ ਆ, ਨੌਵੇਂ ਪਾਤਸ਼ਾਹ ਜੀ ਤੋਂ ਵਿਰੁੱਧ ਬੋਲਦਾ, ਆ ਪਿੱਛੇ ਜੇ ਮੈਂ ਜਦੋਂ ਕਥਾ ਕੀਤੀ ਸੀ ਤਰਨ ਤਾਰਨ ਸਾਹਿਬ ਨੂੰ ਬਾਬਾ ਦਸਤਾਰ ਸਿੰਘ ਦੇ ਅਸਥਾਨ ਤੇ, ਹੁਣ ਮੈਂ ਤਾਂ ਬਾਬਾ ਵੀਰ ਦਾ ਅੱਜ ਦਾ ਜ਼ਿਕਰ ਕਰਨਾ ਹੀ, ਨਗਰ ਸਾਧੂ ਸੀ ਉਹਨਾਂ ਨੇ ਬਾਬਾ ਗੁਰਮੁਖ ਸਿੰਘ ਦੀ ਕਿਰਪਾ ਕੀਤੀ, ਉਹ ਸਿੱਖ ਵਾਇ ਸਾਲਾਂ ਜਿਹੜੇ ਜਾ ਕੇ ਬਾਬਾ ਅਤੇ ਗੁਰੂ ਜੀ ਨਾਗੇ ਸਾਹਿਬ ਨੇ ਇੱਥੇ ਸਿੱਖ ਤੇ ਕਿਰਪਾ ਕੀਤੀ ਤੇ ਠਾਕਰ ਸਿੰਘ ਬਹੁਤ ਝੂਠ ਬੋਲਦਾ। ਮੈਂ ਜਦੋਂ ਵੀ ਚੱਕਰ ਦਾ ਕੰਮ ਕਿਉਂ, ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਕਿਹੜਾ ਕਿਸੇ ਗੱਲ ਦਾ ਪਤਾ, ਨਾ ਤਾਂ ਇਤਿਹਾਸ ਦੀ ਬਾਤ ਕੀ ਹੈ, ਨਾ ਇਹਦੇ ਪੜ੍ਹੇ ਨੇ, ਨਾ ਇਹਨੂੰ ਅਰਥਾਂ ਦਾ ਪਤਾ ਹੈ। ਇਹ ਤਾਂ ਸਿਰਫ ਕਿਸੇ ਨੇ ਇਹਨਾਂ ਨੂੰ ਪੈਸੇ ਦੇ ਦਿੱਤੇ ਤੇ ਉਹਦੇ ਪਿੱਛੇ ਲੱਗ ਕੇ ਇਹ ਸੰਗਤ ਨੂੰ ਗੁੰਮਰਾਹ ਕਰੀ ਜਾਂਦੇ। ਇਹ ਵੀ ਇਹੀ ਸਮਝੀ ਜਾਂਦੇ ਨੇ ਵੀ ਸਿੱਖਾਂ ਵਿੱਚ ਕੋਈ ਤਾਕਤ ਨਹੀਂ ਹੈ, ਇਹਨਾਂ 'ਚ ਕੋਈ ਸ਼ਕਤੀ ਵਾਲਾ ਨਹੀਂ ਬੈਠਾ, ਇਹ ਕਿਹੜਾ ਕੁਛ ਕਹਿ ਸਕਦੇ ਨੇ। ਨਹੀਂ, ਤਾਕਤ ਦਾ ਬਹੁਤ ਉਹ ਮਹਾਂਪੁਰਸ਼ ਕਹਿੰਦੇ ਨੇ, ਇੱਕ ਮਹਾਂਪੁਰਸ਼ ਕਹਿੰਦੇ ਜ਼ਿੰਦਗੀ ਦਾ ਬੜਾ ਇੱਥੇ ਲਾ ਲਓ, ਇੱਕ ਇੱਥੇ ਲਾਇਆ, ਇੱਕ ਇੱਥੇ ਲਾਇਆ, ਇੱਕ ਦੋਨੋਂ ਹੱਥਾਂ ਲਵਾਇਆ, ਮੈਂ ਕੀ ਕਰਾਂ ਬਸ, ਕਹਿੰਦੇ ਕਰ ਹੀ ਨਹੀਂ ਸਕਦੇ ਕੁਛ, ਜੇ ਕਰਾਂਗੇ ਤਾਂ ਬਾਜਾਂ ਵਾਲੇ ਨਾਰਾਜ਼ ਹੋ ਜਾਣਗੇ, ਸ਼ਕਤੀ ਨਹੀਂ ਅਸੀਂ ਦਿਖਾ ਸਕਦੇ, ਨਹੀਂ ਤਾਂ ਜਿੱਦਣ ਕਿਤੇ ਮਹਾਰਾਜਾ ਕਹਿੰਦਾ ਨਾ, ਮਹਾਰਾਜ ਐਂ ਨਹੀਂ ਕਹਿੰਦੇ ਹੁੰਦੇ ਮਾਰ ਦਿਆ ਕਰ ਲਓ, ਸਤਿਗੁਰੂ ਨੇ ਐਂ ਨਹੀਂ ਕਹਿਣਾ, ਚੰਗਾ ਭਾਈ ਸਿੰਘੋ ਫਿਰ ਜਿਵੇਂ ਤੁਹਾਡੀ ਇੱਛਾ ਕਰ ਲਓ, ਐਨੇ ਚਾਹੀਦਾ ਸਾਨੂੰ ਤਾਂ ਆਰਡਰ। ਜਿੱਦਣ ਫੌਜਾਂ ਨੂੰ ਇਹ ਕਹਿਤਾ ਨਾ, ਇੱਕ ਸਿੰਘ ਤਾਂ ਕਹਿੰਦਾ ਸੀ ਮਹਾਰਾਜ ਨੇ ਕਹਿਤਾ ਵੀ ਮਹਾਰਾਜ ਤੰਗ ਬਹੁਤ ਕਰਦੇ ਆ, ਜੇ ਕਹਿੰਦਾ ਐਂ ਵੀ ਕਰਦਾ ਨਾ ਤੂੰ, ਐਂ ਵੀ ਧੂਣਾ ਪੜ ਕੇ ਦੇਖ ਸਾਨੂੰ ਗਰਦੇ ਚ ਬਣਾ ਦੇਵੇ ਸਾਰਾ ਕੁਛ, ਪਰ ਕਹਿੰਦੇ ਨਹੀਂ ਬਣਾਉਣਾ ਨਹੀਂ ਹੈ ਕੁਛ, ਕਿਉਂ ਇਹ ਚੀਜ਼ ਇੱਕ ਹੁੰਦੀ। ਕੱਲ ਮੈਂ ਇੱਕ ਚੀਜ਼ ਪੜ੍ਹੀ ਸੀ ਨੈਟ ਤੇ, ਕਹਿੰਦੇ ਇੱਕ ਤਿੱਤਲੀ ਨੇ ਆਪਦੇ ਖੋਲ ਤੋਂ ਬਾਹਰ ਨਿਕਲਣਾ ਸੀ, ਉਹ ਤਿੱਤਲੀ ਬੜਾ ਜ਼ੋਰ ਲਾ ਲਾ ਕੇ ਫਿਰ ਉੱਥੇ ਬਹਿ ਜਾ ਕੇ, ਖੋਲ ਸਖ਼ਤ ਬੜਾ ਸੀ, ਇੱਕ ਬੰਦਾ ਉਹਨੂੰ ਬੈਠਾ ਦੇਖਦੇ ਰਿਹਾ, ਮੇਜ਼ ਸੀ ਉਹ ਤਿੱਤਲੀ ਵਿਚਾਰੀ ਥੱਕ ਕੇ ਫਿਰ ਬਹਿ ਜਾ, ਫਿਰ ਥੱਕ ਗਈ ਫਿਰ ਬੈਠੀ, ਉਹ ਫਿਰ ਨਿਕਲਦਾ ਜਦੋਂ ਜਦੋਂ ਸਖ਼ਤ ਬੜਾ ਸੀ, ਉਹ ਕਹਿੰਦਾ ਵੀ ਮਦਦ ਕਰਨੀ ਚਾਹੀਦੀ ਮੈਨੂੰ, ਉਹਨੇ ਤਿੱਖੀ ਚੀਜ਼ ਅੱਗੇ ਅੱਗੇ ਕੱਟਤਾ, ਤਿੱਤਲੀ ਤਾਂ ਬਾਹਰ ਆ ਗਈ ਪਰ ਉੱਡ ਨਹੀਂ ਸਕਦੀ, ਉਹ ਜਿੰਨਾ ਚਿਰ ਚਾਹੁੰਦੀ ਰਹੀ ਉਹ ਉੱਡਣ ਦੀ ਸਮਰੱਥਾ ਨਹੀਂ ਆਈ, ਕਈ ਗੱਲਾਂ ਦਾ ਨੁਕਸ ਪੈ ਗਿਆ ਉਹਦੇ ਸਰੀਰ 'ਚ। ਕਹਿੰਦੇ ਅਸਲ ਵਿੱਚ ਉਹ ਕੁਦਰਤ ਨੇ ਉਹ ਸਖ਼ਤ ਖੋਰ ਬਣਾਇਆ, ਉਹ ਜਦੋਂ ਉਹਦੇ ਵਿੱਚ ਦੀ ਪਾਸ ਹੁੰਦੀ ਹੈ ਤਾਂ ਉਹਦੇ ਖੰਭਾਂ 'ਚ ਤਾਕਤ ਹੁੰਦੀ ਆ, ਉਹ ਤਾਕਤ ਨਹੀਂ ਆਈ। ਹਰੇਕ ਚੀਜ਼ ਕਹਿੰਦੇ ਸਟਰਗਲ ਦੇ ਨਾਲ ਮਿਲਦੀ ਆ, ਹਰੇਕ ਚੀਜ਼ ਮਿਹਨਤ ਨਾਲ ਮਿਲਦੀ ਹੈ। ਇਹ ਤਾਂ ਤੁਹਾਨੂੰ ਅੱਜ ਹੀ ਸਾਰਾ ਕੁਛ ਸੌਖੇ ਦੇ ਦਿੰਦੇ, ਫਿਰ ਤੁਸੀਂ ਕੀ ਕਰੋਗੇ, ਤੁਹਾਡਾ ਸੰਸਾਰ ਪ੍ਰੈਕਟੀਕਲ ਹੋਣਾ। ਅੱਜ ਇਹਨਾਂ ਦੇ ਮਾਂ ਬਾਪ 100-100 ਗੱਲਾਂ ਜ਼ਮੀਨ ਛੱਡ ਗਏ, ਉਹਨਾਂ ਨੇ ਕੀ ਮੱਲਾ ਮਾਰੀ, ਉਲਟਾ ਉਹ ਸ਼ਰਾਬੀ ਕਬਾਬੀ ਮਾੜੇ ਕੰਮਾਂ ਵਾਲੇ ਹੋ ਗਏ, ਕਿਉਂ ਆਪ ਮਿਹਨਤ ਕਰਕੇ ਕੋਈ ਕਮਾਈ ਨਹੀਂ ਕੀਤੀ। ਆਪਣੀ ਮਿਹਨਤ ਦੀ ਜਿਹੜੀ ਕਮਾਈ ਹੁੰਦੀ ਹੈ ਨਾ, ਉਹਦੇ ਉੱਤੇ ਕਿਰਪਾ। ਇਸ ਕਰਕੇ ਸੰਗਤਾਂ ਨੂੰ ਵਾਰ ਵਾਰ ਤਾਂ ਬੇਨਤੀ ਕਰਦਾ, ਕਈ ਚੀਜ਼ਾਂ ਦਿੰਦੇ ਬੜੀਆਂ ਬੜੀਆਂ ਮਿਲ ਜਾਂਦੀਆਂ, ਸਿਰਫ ਬੰਦਗੀ ਦੇ ਵਿੱਚ ਹੀ ਆਪ ਮਿਹਨਤ ਕਰਨੀ ਪੈਂਦੀ ਹੈ, ਸਾਰਾ ਕੁਛ ਆਪ ਕਰਨਾ ਪੈਂਦਾ। ਕੋਈ ਮੈਂ ਤੁਸੀਂ ਤਾਂ ਕਹਿੰਦੇ ਫਲਾਣੇ ਸੰਤਾਂ ਕੁਰਜਾ ਐਂ ਕਰਦਾ, ਮੈਂ ਕਿੰਨਾ ਮਹਾਂਪੁਰਖਾਂ ਤਰਲੇ ਕੀਤੇ ਨਾ, ਮਹਾਂਪੁਰਖ ਪਤਾ ਕੀ ਕਹਿੰਦੇ, ਕਹਿੰਦੇ ਦੇਖ ਕਹੀ ਖੜ ਹੱਥ 'ਚ ਤਰੀਕਾ ਦੱਸਦਾ ਕਿ ਖਾਲ ਦਾ ਤੈਨੂੰ ਆਪ ਹੀ ਕੱਢਣਾ ਪੈਣਾ, ਮਿਹਨਤ ਤਾਂ ਆਪ ਹੀ ਕਰਨੀ ਪੈਣੀ ਹੈ। ਜੇ ਤੁਸੀਂ ਕਹੋ ਮੈਂ ਤੁਹਾਨੂੰ ਕੋਈ ਐ ਨਾਮ ਦੇ ਦੂੰਗਾ, ਏਦਾਂ ਕਰਕੇ ਲੈ ਵੀ ਜੇਬ 'ਚੋਂ ਲੈ ਵੀ ਰੱਬ ਕੱਢ ਕੇ ਦੇ ਦੇਣਾ, ਤੈਨੂੰ ਮੈਂ ਨਾਮ ਨਾਲ ਕਿਸੇ ਨੂੰ ਦੇਣਾ, ਐਵੇਂ ਨਾ ਕਿਤੇ ਇਸ ਭੁਲੇਖੇ 'ਚ ਰਹਿ ਲਓ ਸਾਨੂੰ ਕੋਈ ਦੇਊਗਾ। ਕਿਉਂ ਸਤਿਗੁਰੂ ਸਤ ਮਹਾਰਾਜ ਕਹਿੰਦੇ ਨੇ ਜਿਨ ਸੇਵਿਆ ਤਿਨ ਪਾਇਆ ਮਾਣ,
ਕਹਿੰਦੇ ਉਹ ਘਰ ਚ ਪ੍ਰਤੱਖ ਘਰ ਦੇ ਵਿੱਚ ਫਿਰ ਹੀ ਮਹਾਰਾਜ ਦੀ ਕਿਰਪਾ ਕਰਦੇ ਤੁਸੀਂ ਕਰਕੇ ਦੇਖੋ ਤੁਸੀਂ ਕਹਿੰਦੇ ਜਿਹੜਾ ਇਹ ਪ੍ਰੇਮ ਵਾਲੀ ਗਲੀ ਚ ਲੱਗਿਆ ਨੇ ਉਹਨੂੰ ਕੀ ਤਾਂ ਪ੍ਰੇਮ ਕੀ ਹੁੰਦਾ ਪਤਾ ਨੀ ਧੰਨਵਾਦ ਬਹਾਦਰ ਸਿੰਘ ਜੀ ਵਸਤੂ ਆਉਣ ਵਾਲੇ ਮਹਾਂਪੁਰਖ 12 ਘੰਟੇ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਦੇ ਸੀ ਹਰ ਰੋਜ਼ ਦੇ ਦਿਨ ਸੀ ਇੱਥੇ ਕਿਹਾ ਕਹਿੰਦਾ 2 ਮਿੰਟ ਚੌਰ ਕਰਨ ਬੈਠੀ ਉਹ ਕਿਸੇ ਨਾ ਕਿਸੇ ਨੂੰ ਆਇਆ 2 ਘੰਟੇ ਨੂੰ ਗੁੰਡੇ ਜੰਮੂ ਲੱਗ ਕੇ ਜਾਣਾ ਮੈਨੂੰ ਇੰਨਾ ਜ਼ੋਰ ਮੈਂ ਬੈਠਿਆ ਨਾ ਕਿੱਥੇ ਵਸਾਤੇ ਇਹ ਜਿਹੜੀਆਂ ਚੀਜ਼ਾਂ ਨੇ
ਬਿਨ ਕੇਸਾਂ ਸਿਰ ਟੁੱਟੀਆਂ ਝੰਗਾਰੇ ਕੌਣ ਛਡਾਵੇ, ਇਹ ਭਾਈ ਮਨੀ ਸਿੰਘ ਨੇ ਲਿਖਿਆ। ਦਰਗਾਹ ਢੋਲੀ ਨਾ ਮਿਲਿਆ ਕਾਫਰ ਕੁੱਤਾ ਸ਼ੈਤਾਨ ਵੀ ਲਿਖਿਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਵਿਚਾਰ ਸੀਮਿਤ ਕਰੇ। ਮੈਂ ਹੁਣ ਇੱਕ ਚੀਜ਼ ਹੁੰਦੀ, ਤੁਸੀਂ ਮੈਨੂੰ ਕਹੋ ਬ੍ਰਹਮ ਗਿਆਨ ਦੀ ਗੱਲ ਸੁਣਾ ਦੇ। ਬ੍ਰਹਮ ਗਿਆਨ ਨੂੰ ਤੁਹਾਨੂੰ ਤਾਂ ਸੁਣਾਵਾਂ ਜੇ ਤੁਹਾਨੂੰ ਆਪੇ ਇੱਥੇ ਇੱਕ ਬੰਦਾ ਬੈਠਾ ਹੋਵੇ, ਮੈਂ ਉਹ ਆਖੇ ਮੈਨੂੰ 7 ਸਾਲ ਹੋ ਗਏ ਮੈਂ 101 ਪੰਜਾਬੀ ਸਾਹਿਬ ਹੋਰ ਕਰਦਾ, ਫਿਰ ਮੈਂ ਉਹਨਾਂ ਬੈਠ ਕੇ ਬ੍ਰਹਮ ਗਿਆਨ ਦੇ ਵਿਚਾਰ ਕਰਾਂ। ਇੱਥੇ ਤਾਂ ਪੁੱਛੋ ਜਾਪ ਸਾਹਿਬ ਨਹੀਂ ਆਉਂਦਾ ਤੇ ਸਾਰੇ ਹੀ ਕਹਿੰਦੇ ਨੇ, ਸਾਰਾ ਪੰਥ ਹੀ ਸਾਡਾ ਕਹਿੰਦਾ, ਉਹ ਥੋੜ੍ਹੇ ਹੀ ਸਿੰਘ ਨੇ ਜਾਪ ਸਾਹਿਬ ਕਰਦੇ ਆ। ਆ ਬਾਹਰਲੇ ਦੇਸ਼ਾਂ ਤਾਂ ਇੰਨਾ ਘੁੰਮਿਆ, ਪੰਜਾਬ ਨਹੀਂ ਛੱਡਿਆ, ਉਹ ਛੱਡਿਆ। ਮੇਰੇ ਘਰ ਦੇ ਮੈਨੂੰ ਪਤਾ ਰੋਜ਼ ਕਹਿ ਦਿੰਦੇ, ਅੱਜ ਕਿਹੜੇ ਨਵਾਂ ਪਿੰਡ ਦੇਖਣਾ, ਅੱਜ ਕਿਹੜੀ ਨਵੀਂ ਸੜਕਾਂ, ਪਰ ਰੋਜ਼ ਨਵੀਂ ਹੁੰਦੀ, ਰੋਜ਼ ਨਵਾਂ ਹੀ ਘਰ ਹੁੰਦਾ, ਨਵੀਂ ਕਲਾ ਹੁੰਦੀ ਹੈ। ਅਸੀਂ ਤੁਰੇ ਰਹੇ ਨੇ ਤੁਹਾਨੂੰ ਸਮਝਾਉਣ ਵਾਸਤੇ ਵੀ ਉਹ ਭਾਈ ਮਹਾਰਾਜ ਨੇ ਜਿਹੜਾ ਉਪਦੇਸ਼ ਕੀਤਾ ਇਹਦੇ ਉੱਤੇ ਅਮਲ ਕਰ ਲਓ, ਆਹ ਕਰ ਲਓ। ਇਸ ਕਰਕੇ ਸਾਰੀ ਸਮਝ ਕੇ ਕਰਨਾ, ਇਹ ਜਿਹੜਾ ਉਪਦੇਸ਼ ਹੈ ਇਹਨੂੰ ਸ਼ੁਰੂ ਤੱਕ ਅੱਗੇ ਤਾਂ ਕਰੀਏ ਜੇ ਤੁਸੀਂ ਕੁਛ ਉੱਥੇ ਤੱਕ ਗਏ ਹੋ। ਆਹ ਵਿੱਚ ਬੈਠੇ ਨੇ ਇੱਥੇ ਵੀ ਸਿੰਘ ਮੈਨੂੰ ਮਿਲਦੇ ਆ, 3-4 ਪੈ ਗਏ ਇੱਥੇ ਜਿਹੜੇ ਮੈਨੂੰ ਦੱਸਦੇ ਨੇ ਤੇ ਹੁਣ ਲਾਲ ਰੰਗ ਦੇਖਣ ਲੱਗ ਪਿਆ, ਹੁਣ ਅੱਗੇ ਪੀਲਾ ਨੀਲਾ ਹਰਾ ਚਿੱਟਾ ਜਾਂ ਅੱਗੇ ਹੁਣ ਮਿਲਿਆ। ਅੱਜ ਇੱਕ ਸਿੰਘ ਰਾਜ ਮੁੰਡੇ ਵੀ ਕੰਠ 'ਚ ਜਾਪ ਚੱਲ ਰਿਹਾ, ਉਹ ਹਿਰਦੇ 'ਚ ਕਦੋਂ ਆਊਗਾ। ਮੈਂ ਇਹ ਪ੍ਰੋਸੈਸ ਜਿਹਨੇ ਮੈਂ ਕਿਹਾ ਅੰਬੈਸੀ 'ਚ ਆਪਾਂ ਇਸ ਕਾਗਜ਼ ਦੇ ਆਉਂਦੇ ਹਾਂ, ਉਹਨਾਂ ਨੂੰ ਜੇ ਪੁੱਛੀਏ ਨਾ ਅੰਬੈਸੀ ਵਾਲਿਆਂ ਨੂੰ ਫੋਨ ਕਰਕੇ ਵੀ 2 ਮਹੀਨੇ ਹੋ ਗਏ ਮੇਰਾ ਵੀਜ਼ਾ ਗਿਆ, ਉਹ ਕਹਿੰਦੇ ਬਿਲਕੁਲ ਜੀ ਸਾਨੂੰ ਡਿਸਟਰਬ ਨਾ ਕਰੋ, ਪ੍ਰੋਸੈਸ ਚੱਲ ਰਿਹਾ, ਜਦੋਂ ਹੋ ਜੂ ਉਦੋਂ ਦੇ ਦਾਂਗੇ। ਇਹ ਵੀ ਸਾਰਾ ਪ੍ਰੋਸੈਸ ਨੇ। ਇੱਕ ਬੰਦਾ ਕਹਿੰਦਾ ਵੀ ਇਹ ਜਾਪ ਕਿੱਦਾਂ ਅੱਗੇ ਵਧੂਗਾ, ਮੈਂ ਕਿਹਾ ਇਹ ਜਾਪ ਤੂੰ ਆਪਣੀ ਮਿਹਨਤ ਕਰੀ ਜਾਂ ਇਕਾਗਰਤਾ, ਜਿੰਨੀ ਇਕਾਗਰਤਾ ਹੋ ਜੂ ਓਨਾ ਜਾਪ ਚੱਲੇ। ਤੇਰੇ ਹੁੰਦਾ ਮੇਰੇ ਕੁਛ ਨਹੀਂ ਹੁੰਦਾ, ਕਿਉਂ ਆ ਮੈਂ ਜਿਹੜੇ ਜਿਹੜੇ ਐਗਜ਼ਾਮ ਪੜ੍ਹਾਉਂਦਾ ਕਲੌਰ ਪੁਲਿਸ ਵਾਲਿਆਂ ਨੂੰ, SP DSP ਨੂੰ ਅੱਗੇ ਟ੍ਰੇਨਿੰਗ ਦਿੰਦੇ ਨੇ, ਉਹ ਨੂੰ ਸਾਰੇ ਗੋਡੀਆਂ ਸਰਦਾਰ ਉਸਤਾਦ ਜੀ ਕਹਿ ਕੇ, ਉਹ ਹੌਲਦਾਰ ਹੀ ਹੈ, ਉਹ ਹੌਲਦਾਰ ਹੈ ਪਰ ਟ੍ਰੇਨਿੰਗ ਵੱਡੇ ਵੱਡੇ ਅਫਸਰਾਂ ਨੂੰ ਦਿੰਦਾ। ਇਸ ਕਰਕੇ ਮਾਸਟਰ ਜੀ ਤਾਂ ਉਹੀ ਕੁੜਤੇ ਪਜਾਮੇ 'ਚ ਹੁੰਦੇ ਨੇ, ਉਹਦੇ ਭਰਾਏ DC ਬਣ ਜਾਂਦੇ ਆ, ਉਹਦੇ ਭਰਾਏ ਪਤਾ ਨਹੀਂ ਕਿੰਨੇ ਕਿੰਨੇ ਅਫਸਰ ਬਣ ਜਾਂਦੇ ਨੇ। ਅਸੀਂ ਅਵਸਥਾ ਬਾਰੇ ਤੁਹਾਨੂੰ ਗਿਆਨ ਦੇ ਸਕਦੇ ਹਾਂ, ਅਵਸਥਾ ਨੂੰ ਵੀ ਹੁਣ ਦੇ ਸਕਦੇ, ਮਹਾਰਾਜ ਹੁਣ ਦੇ ਦੇਣਗੇ, ਫਿਰ ਉਹਨੂੰ ਸਟੇਜ 'ਤੇ ਚੁੱਕ ਕੇ ਜਾਣਾ ਪੈਣਾ ਤੁਹਾਨੂੰ, ਕਿਉਂ ਤਾਂ ਹੀ ਚੜ ਜਾਣਾ ਕੰਮ। ਫਿਰ ਤੁਸੀਂ ਕਹੋਗੇ ਹੁਣ ਕਥਾ ਕਰ, ਬਾਬਾ ਬੋਲ ਦਿੰਦੇ ਕਹਾਂਗੇ, ਹੁਣ ਬਾਬਾ ਤਾਂ ਗਿਆ ਤਾਂ ਨੂੰ ਦੱਸ, ਅਸੀਂ ਨਹੀਂ ਕਰਨਾ ਇਹ ਕੰਮ। ਕਾਲ ਸੇਵਾ ਵਾਲਾ ਬਾਬਾ ਨੇ ਕਿਹਾ ਇੱਕ ਵਾਰੀ, ਸੇਵਾ ਦੇ ਬਸ ਸੇਵਾ
ਅਦਬੀ ਵਾਲਾ ਪਾਸਾ ਇਹ ਥੋੜਾ ਜਿਹਾ ਮਹਿੰਗਾ, ਇਸ ਕਰਕੇ ਸਾਰੀ ਜਗਤ ਪਿਆਰ ਸਤਿਕਾਰ ਨਾਲ ਕੱਲ ਨੂੰ ਵੀ ਆਪਾਂ ਸ਼ਰਵਣ ਕਰਾਂਗੇ। ਮੈਂ ਘਰ ਦੀਆਂ ਮਜ਼ਦੂਰੀਆਂ ਕਰਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ 12 ਵਜੇ ਲੈ ਕੇ 1:15 ਤੱਕ ਆਪਾਂ ਟਾਈਮ ਰੱਖ ਲਈਏ, ਜਾ ਕੇ 2 ਵਜੇ ਨਿਕਲ ਜਾਈਏ ਅਸੀਂ। ਕਿਉਂਕਿ ਕਈ ਵਾਰ ਮਜ਼ਦੂਰੀ ਹੋ ਜਾਂਦੀ ਹੈ, ਜੇ ਹੋਰ ਕੋਈ ਥਾਂ ਆਉਂਦਾ ਫਿਰ ਨਹੀਂ ਆਉਣਾ, ਮੈਂ ਫਿਰ ਡਾਲ ਡੂਲ ਦੇਣਾ ਸਭ ਕੁਛ, ਉਹ ਘਰ ਦੇ ਤੁਰ ਨਹੀਂ ਹੁੰਦੇ। ਤਾਂ ਮੈਨੂੰ ਇੱਥੇ ਆਪਣਾ ਲਾਲਚ ਹੁੰਦਾ, ਮੈਨੂੰ ਵੀ ਲਾਲਚ ਵੀ ਮਹਾਰਾਜ ਨੇ ਬੁਲਾਇਆ ਤੁਸੀਂ ਪਾਤਸ਼ਾਹ ਦਾ ਸਥਾਨ ਮੱਥਾ ਟੇਕੂਗਾ, ਮਤਲਬ ਲਾਲਚ ਇਹ ਵੀ ਨੰਬਰ ਲੱਗਦੇ ਨੇ। ਇਹ ਦਰਸ਼ਨ ਕਰਨ ਨਾਲ ਹੀ ਪਾਪ ਲੈ ਜਾਂਦੇ ਬਹੁਤ ਸਾਰੇ। ਇਹ ਤੁਸੀਂ ਇਹ ਚੀਜ਼ ਨੂੰ ਮਹਿਸੂਸ ਕਰਕੇ ਅੰਦਰ ਮੱਥਾ ਟੇਕਣਾ, ਗੁਰੂ ਸਾਹਿਬ ਨੂੰ ਮੱਥਾ ਟੇਕਣਾ ਵੀ ਜੇ ਮੈਂ ਅੱਜ ਦਰਸ਼ਨ ਕੀਤੇ, ਜੇ ਇਹ ਲਿਖ ਸਕਦੇ ਸਾਨੂੰ ਬ੍ਰਹਮ ਗਿਆਨੀ ਦਾ ਦਸ ਬੜ ਭਾਗੀ ਪਾਈ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ, ਇਹਨਾਂ ਦਾ ਦਰਸ਼ਨ ਤਾਂ ਐਸਾ ਹੈ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਇਆ। ਇਹਨਾਂ ਦਾ ਦਰਸ਼ਨ ਦੇਖ ਕੇ ਤੇ ਕਰਮ ਹੀ ਸੰਪੂਰਨ ਹੋ ਜਾਂਦਾ, ਪਰ ਉਹ ਮਨ ਚ ਲਿਆ ਕੇ ਸ਼ਰਧਾ ਭਾਵਨਾ ਬਣਾ ਕੇ ਦਰਸ਼ਨ ਕਰਨੇ ਆ। ਅਸੀਂ ਕਦੇ ਨਹੀਂ ਜਾਣਿਆ ਕਿ ਮਹਾਰਾਜ ਜੀ ਨਹੀਂ ਬੈਠੇ, ਮੈਂ ਇਹ ਕਦੇ ਨਹੀਂ ਸਮਝਿਆ ਕਿ ਹੁਣ ਕਲਗੀ ਧਰਮਾਂ ਦਾ ਕਥਾ ਨਹੀਂ ਸੁਣ ਰਹੇ, ਸਾਰੇ ਸੱਚਖੰਡ ਵਾਲੇ ਕਥਾ ਸੁਣਦੇ। ਜੇ ਆਪਾਂ ਇੱਥੇ ਕਰਦੇ ਉਹ ਉੱਥੇ ਵੀ ਸੁਣਦੇ ਹੁੰਦੇ, ਕਿਉਂ ਉਹਦਾ ਬੜੀ ਕਦਰ ਆ ਵੀ ਕਥਾ। ਕਹਿੰਦੇ ਇੱਕ ਵਾਰ ਕੋਈ ਫੌਜਾਂ ਕਿਸੇ ਨੂੰ ਕਹਿੰਦੇ, ਕਹਿੰਦੇ ਬਾਪੂ ਬਹੁਤ ਸਖਤ ਸੁਭਾਅ ਦਾ ਬਾਬਾ ਦੀਪ ਸਿੰਘ, ਕਹਿੰਦੇ ਇਹ ਬਾਪੂ ਨਹੀਂ ਕਿਸੇ ਜਾ ਕੇ ਲੱਗਦਾ ਮੰਨਦਾ ਥੋੜ੍ਹੀ ਜਾਣ ਕੇ ਫੌਜਾਂ ਜਾਂਦੀ ਨੇ। ਕਹਿੰਦੇ ਪਰ ਇੱਕ ਚੀਜ਼ ਦੇਖੀ ਬਾਪੂ ਜੀ ਦੀ, ਕੋਲ ਬਹਿ ਕੇ ਕਈ ਵਾਰ ਅਸੀਂ ਇਹਨਾਂ ਨੂੰ ਕਥਾ ਸੁਣਾਉਂਦੀਆਂ, ਬੜੇ ਖੁਸ਼ ਹੋ ਜਾਂਦੇ। ਕਹਿੰਦੇ ਫਿਰ ਬੜੇ ਖੁਸ਼ ਹੋਏ, ਕਥਾ ਸੁਣ ਕੇ ਹੀ ਖੁਸ਼ ਹੁੰਦੇ ਬਾਪੂ ਜੀ। ਕਲਗੀ ਧਰ ਮਹਾਰਾਜ ਸੰਤ ਕਰਤਾਰ ਸਿੰਘ ਨੇ ਸਾਨੂੰ ਇਹ ਗੱਲ ਦੱਸੀ ਸੀ ਵੀ ਸਿੰਘੋ ਜਿੰਨਾ ਕਲਗੀ ਧਰ ਮਹਾਰਾਜ ਕਥਾ ਦੇ ਖੁਸ਼ ਹੁੰਦੇ ਆ ਨਾ, ਕਹਿੰਦੇ ਕਥਾ ਕਰਨ ਵਾਲਾ ਦੀ ਹਜ਼ਾਰ ਹਜ਼ਾਰ ਗੱਲ ਦੀ ਤਾਂ ਉਹੀ ਮਾਫ਼ ਕਰ। ਕਹਿੰਦੇ ਭਾਈ ਇਹ ਪ੍ਰਚਾਰ ਕਰ, ਤੁਸੀਂ ਵੀ ਕਰੋ, ਤੁਸੀਂ ਵੀ ਇਹ ਕਥਾ ਅੱਗੇ ਅੱਗੇ ਸੁਣਾਓ, ਸੰਗਤ ਨੂੰ ਅੰਮ੍ਰਿਤ ਛਕਾਓ, ਬਾਣੀ ਪੜ੍ਹ ਲਾਓ, ਸਾਰੇ ਜਿਹੜੇ ਵੀ ਤੁਹਾਡੀਆਂ ਵੀ ਕਈ ਗਲਤੀਆਂ ਮਾਫ਼ ਕਰ ਦੇਣ, ਸਤਿਗੁਰੂ ਬਖਸ਼ ਲੈਣ। ਆਓ ਕੀ ਕੀ ਰਾਤ ਹੈ, ਇਹੋ ਜਿਹਾ ਸਮਾਂ ਮਿਲਣ ਅਤੇ ਨੀਂਹ ਰਹਿਣ ਲਈ ਹੈ। ਚਮਕਣ ਤਾਰੇ ਜਾਗਣ ਸੰਤਿਆਂ ਮੇਰੇ ਰਾਮ ਪਿਆਰੇ, ਕਲਗੀ ਧਰ ਮਹਾਰਾਜ ਦਾ ਸਥਾਨ ਹੋਵੇ, ਚਾਰੇ ਪਾਸੇ ਫੌਜਾਂ ਦੇ ਪਹਿਰੇ ਹੋਣ, ਇਹੋ ਜਿਹੇ ਪਹਿਰੇ ਵਿੱਚ ਸਿਮਰਨ ਕਰੀਏ। ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ 5 ਮਿੰਟ ਲਾ ਲਈਏ, ਫਿਰ ਆਪਾਂ ਨੂੰ ਸਿਮਰਨ ਦੇ ਉੱਤੇ 4:10 ਬੋਲੇਗਾ, 4 ਵਾਰੀ ਤੁਸੀਂ ਵੈਸੇ ਤਾਂ ਉਹ ਦੇਰ ਵਾਲੀ ਕਥਾ ਵਿੱਚ ਮੈਨੂੰ ਇੰਨਾ ਆਨੰਦ ਨਹੀਂ ਆ ਰਿਹਾ, ਤਾਂ ਇਸ ਟਾਈਮ ਤੇ ਸਿਰਫ ਗਾ ਕੇ ਰੱਖਾ ਬਸ, ਜਿਹਨੇ ਕਥਾ ਹੀ ਸੁਣਨੀ ਹੈ ਬਹੁਤ ਗਾਇਆ ਸਰ, ਬੜਾ ਆਨੰਦ ਹੈ। ਠੀਕ ਹੈ, ਦਿਨ ਵੇਲੇ ਆਪਾਂ ਕਥਾ ਕਰਦੇ ਉਹ ਜੋੜ ਪੈਦਾ ਹੋ ਜਾਂਦਾ, ਕੋਈ ਵੀ ਤਾਂ ਪੱਠ ਪਈ ਰੌਲੇ ਮੌਲੇ ਖੜੇ ਹੋ ਜਾਂਦੇ ਨੇ, ਪਰ ਆਹ ਸਮਾਂ ਵੀ ਸਿਮਰਨ ਦਾ ਬਹੁਤ ਵਧੀਆ। ਤੁਸੀਂ ਵੀ ਅਨੁਭਵ ਕਰੋ ਵੀ ਕਲਗੀ ਧਰ ਮਹਾਰਾਜ ਹਾਜ਼ਰ ਆ ਜਾਂਦੇ ਨੇ, ਜਿਹਨੂੰ ਜਿਹਨੂੰ ਇਹ ਉਹਨਾਂ ਨੂੰ ਆਉਣ ਨੂੰ ਦੇਰ ਵੀ ਲੱਗਦੀ ਹੈ, ਸੱਚਖੰਡ ਤੋਂ ਆਉਣ ਨੂੰ ਸਕਿੰਟ ਵੀ ਬਹੁਤ ਜ਼ਿਆਦਾ ਹੈ, ਕਿਉਂਕਿ ਵਿਆਪਕ ਨੇ। ਤੁਸੀਂ ਮਾੜਾ ਜਿਹਾ ਫੁਰਨਾ ਕੀਤਾ ਨਹੀਂ ਤੇ ਮਾਤਾ ਜੀ ਤੁਸੀਂ ਵੀ ਆ ਜਾਓ, ਮਾਤਾ ਜੀ ਜਦੇ ਆ ਜਾਂਦੇ ਜਦੇ ਸ਼ਹਿਰ ਜਾਂਦੇ ਆ ਜਾਂਦੇ, ਜਿਹਨੂੰ ਜਿਹਨੂੰ ਯਾਦ ਕਰੀ ਜਾਓਗੇ ਉਹੀ ਹਾਜ਼ਰ ਹੋ ਗਈ, ਮੈਨੂੰ ਭਾਈ ਸੰਗਤ ਯਾਦ ਕਰਦੀ। ਇੱਕ ਵਾਰ ਅਸੀਂ ਬਾਬਾ ਬੁੱਢਾ ਜੀ ਕੋਈ ਸਿੰਘ ਨੂੰ ਮੈਂ ਬੇਨਤੀ ਕੀਤੀ, ਮੈਂ ਬਾਬਾ ਜੀ ਚੱਲ ਮੈਨੂੰ ਤਾਂ ਦਰਸ਼ਨ ਨਹੀਂ ਹੁੰਦੇ, ਤੂੰ ਬੁਲਾ ਅੱਜ ਬਾਬਾ ਜੀ ਦਾ ਜਨਮ ਦਿਨ। ਕਹਿੰਦੇ ਬਾਬਾ ਜੀ ਆ ਕੇ ਮੈਂ ਸਾਰਾ ਪੁੱਛਿਆ ਕੰਮ ਕਾਰ ਕਿਵੇਂ ਹੈ, ਕਹਿੰਦੇ ਬਾਬਾ ਜੀ ਬੜੇ ਦਰਸ਼ਨ ਦਿੱਤੇ ਅੱਜ, ਬਾਬਾ ਜੀ ਨੇ ਬੁਢਾਪਾ ਦੇਤਾ ਸਾਨੂੰ, ਕਹਿੰਦੇ ਤੁਸੀਂ ਕਿਹੜਾ ਯਾਦ ਕਰਦੇ ਹੋ, ਜੇ ਯਾਦ ਕਰੋ ਤਾਂ ਆਈਏ ਤੇ ਬਾਬਾ ਜੀ ਤੁਸੀਂ ਯਾਦ ਤਾਂ ਕਰੋ। ਭਾਈ ਮਸਰਨਾ ਜੀ, ਭਾਈ ਬਾਲਾ ਜੀ ਨੂੰ ਕਿਹੜਾ, ਭਾਈ ਫਕੀਰ ਜੀ ਨੂੰ ਕਿਹੜਾ ਕੋਈ ਯਾਦ ਕਰਦਾ, ਕੋਈ ਯਾਦ ਤਾਂ ਕਰਦਾ ਨਹੀਂ, ਸਿਰਫ ਯਾਦ ਕਰ ਲਓ ਬਸ, ਯਾਦ ਮਾਤਰ ਹੀ ਕਿਰਪਾ। ਆਓ ਵਾਹਿਗੁਰੂ ਨੂੰ ਯਾਦ ਕਰੀਏ, ਵਾਹਿਗੁਰੂ ਜੀ ਵੀ ਆ ਜਾਣਗੇ, ਥੋੜੇ ਵੀ ਨੇ ਵੈਸੇ ਤਾਂ, ਪਰ ਸਿਮਰਨ ਦੇ ਨਾਲ ਹਰ ਸਿਮਰਨ ਮੈਂ ਆਮ ਨਿਰੰਕਾਰ, ਸਿਮਰਨ ਵਿੱਚ ਹੀ ਨਿਰੰਕਾਰ ਜੀ ਆਪ ਨੇ। ਆਓ ਸੰਗਤਾਂ ਮੇਰੇ ਤੇ ਕਿਰਪਾ ਕਰੋ, ਆਪਣੇ ਦੀ ਕਰੋ, ਵਾਹ
ਇਹ ਤਰੀਕਾ ਹੈ ਜੋ ਰਾਤ ਨੂੰ ਪਹਿਲਾਂ ਪਹਿਲਾਂ ਫੁੱਲਣਾ ਫੁੱਲ ਹੋਣ ਲੱਗ ਗਿਆ ਫਲ ਭੇ ਪੱਛਾ ਫਲ ਮਿਲੂਗਾ ਪਿਛਲੀ ਰਾਤ ਅੰਮ੍ਰਿਤ ਵੇਲੇ ਇਹਨੂੰ ਜੋ ਜਾਗਰਣ ਲਾਮ ਸੇ ਜਿਹੜੇ ਜਾਗਣਗੇ ਉਹਨਾਂ ਨੂੰ ਮਿਲੂ ਸਾਈਂ ਕਦੋਂ ਦਾਤ ਸਾਈਂ ਪਰਮੇਸ਼ਰ ਜੀ ਵੱਲੋਂ ਉਹਨਾਂ ਨੂੰ ਦਾਤ ਮਿਲਦੀ ਹੈ ਜਿਹੜੇ ਰਾਤ ਨੂੰ ਅੱਧਾ ਘੰਟਾ ਘੰਟਾ ਸਿਮਰਨ ਕਰਕੇ ਸੌਂਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਸਿਮਰਨ ਕਰਦੇ ਨੇ ਉਹਨਾਂ ਨੂੰ ਇਹ ਦਾਤਾਂ ਮਿਲਦੀਆਂ ਫਰੀਦਾ ਰਾਤ ਕਥੋਰੀ ਮੰਡੀ ਹੈ ਰਾਤ ਨੂੰ ਮੰਡੇ ਨੇ ਨਾਮ ਦਾਨ ਸੁੱਤਿਆਂ ਮਿਲਣ ਦਾ ਭਾਓ ਇਹ ਸੁੱਤਿਆਂ ਪਿਆਰ ਨਹੀਂ ਕੋਈ ਦਿੰਦਾ ਇਸ ਕਰਕੇ ਸੰਗਤਾਂ ਰਾਤ ਨੂੰ ਇੰਨੀ ਤੁਹਾਨੂੰ ਬੜੀ ਕਾਹਲੀ ਹੁੰਦੀ ਕਿਤੇ ਕੀ ਨੇ ਬੜਾ ਕੰਮ ਖਰਾਬ ਰਾਤ ਨੂੰ ਐਕਟਰ ਦੇਖ ਕੇ ਸਮਝੋ ਕਿ ਸੁਪਨੇ ਚੋਂ ਹੀ ਮਿਲਦੇ ਨੇ ਜਿਹੜਾ ਅੱਜ ਸੰਗਤ ਕੀਤੀ ਅੱਜ ਰਾਤ ਦੇਖੋ ਸੁਪਨੇ ਸੰਗਤ ਦੀ ਦੇਖੋ ਮਹਾਂਪੁਰਖ ਦੇਖਣਗੇ ਸਤਿਗੁਰੂ ਦੇ ਦਰਸ਼ਨ ਹੋਣਗੇ ਕਿਉਂ ਇਹ ਬੀਜ ਹੈ ਸਵੇਰੇ ਆਪਾਂ ਇਹਨੂੰ ਵੱਢਣਾ ਨਹੀਂ ਹਰ ਅੰਮ੍ਰਿਤ ਵੇਲੇ ਬੰਦਾ ਕਾ ਬੀਜਿਆ ਭਗਤ ਖਾਏ ਖਰਚ ਰਹੇ ਖੁੱਟੇ ਨਾ ਬੰਦਗੀ ਕਰੋ ਸਤਿਗੁਰੂ ਇਹ ਭਰਿਆ ਹੱਥ ਰੱਖਣ ਉਲਾ ਲੋਕਾਂ ਦੀ ਮਾਫੀ ਬਖਸ਼ਣ ਸਤਿਗੁਰੂ ਜੀ ਸੰਗਤਾਂ ਮਹਾਂਪੁਰਖ ਪਿਆਰ ਸਤਿਕਾਰ ਨਾਲ ਉਹ ਫਤਿਹ ਮੈਂ ਪਿਛਲੀ ਵਾਰ ਤੁਹਾਨੂੰ ਬੇਨਤੀ ਕੀਤੀ ਸੀ ਉਹ ਤੁਹਾਡਾ ਧਿਆਨ ਰੱਖਿਆ ਕਰੋ ਆਪਾਂ ਨਹੀਂ ਕਹਿਣਾ ਜੇ ਮੈਂ ਕਹਿਣਾ ਉਹ ਬੜਾ ਸਮਝਾਓ ਇਹ ਕਿਹੜੀ ਫਤਿਹ ਦਿੱਤੀ ਇਹ ਕਹਿੰਦਾ ਵਾਹਿ ਖਾਲਸਾ ਵਾਹਿ ਫਤਿਹ ਵਾਹ ਖਾਲਸਾ ਵਾਹ ਫਤਿਹ ਵਾਲੀ ਫਤਿਹ ਜੀ ਇਹ ਜਿਹੜਾ ਕਹਿੰਦੇ ਖਾਲਸਾ ਫਤਿਹ ਇਹ ਸਤਨਾਮ ਨੇ ਇਹਦੇ ਵਿੱਚ ਵਾਹਿਗੁਰੂ ਮੰਤਰ ਤਾਂ ਰੱਖਿਆ ਸੀ ਇਹਨਾਂ ਦਾ ਭਲਾ ਹੋਊ ਉਦਾਂ ਇਹਨਾਂ ਨੇ ਸਿਮਰਨ ਨਹੀਂ ਕਰਨਾ ਇਹ ਫਤਿਹ ਦੇ ਨਾਲ ਸਿਮਰਨ ਵੀ ਹੋਊਗਾ ਦੋ ਵਾਰੀ ਇੱਕ ਸਿੱਖ ਦੋ ਵਾਰੀ ਸਾਹਮਣੇ ਵਾਲਾ ਚਾਰ ਵਾਰੀ ਤੁਹਾਡਾ ਵਾਹਿਗੁਰੂ ਇੱਕ ਫਤਿਹ 'ਚ ਕਹਿ ਹੋਵੇਗਾ ਉਹਦਾ ਭਲਾ ਹੋਣਾ ਸੀ ਪਰ ਤੁਸੀਂ ਤਾਂ ਉਹ ਗੱਲ ਕਰਤੀ ਵੀ ਜਿਵੇਂ ਚਾਈਨਾ ਦੇ ਵਿੱਚ ਕੋਈ ਉਹ ਆਇਆ ਸੀ ਜਿਹੜਾ ਵਿੱਚ ਉੱਥੇ ਨੌਕਰੀ ਕਰਦਾ ਸੀ ਬੰਦਾ ਪੁਰਾਣੀ ਗੱਲ ਆ 1914-15 ਦੀ ਗੱਲ ਉੱਥੋਂ ਬੰਦਾ ਪੈਨਸ਼ਨ ਲੈ ਕੇ ਉੱਧਰ ਰਿਹਾ ਸੀ ਜੇਲ੍ਹ ਵਿੱਚ ਕਰ ਦਿੰਦਿਆ ਜਦੋਂ ਉਹ ਆਇਆ ਪਿੰਡ ਤੇ ਉਹ ਕੋਈ ਨਾਮ ਹੀ ਨਹੀਂ ਜਿਹੜੇ ਆਇਆ ਤਾਂ ਮਨ ਵੇਲੇ ਮੰਜੇ ਤੇ ਪਿਆ ਸਾਰੇ ਕਹਿੰਦੇ ਪਿੰਡ ਵਾਲੇ ਚੰਗੇ ਸੀ ਕਹਿੰਦੇ ਜੀ ਰੱਬ ਦਾ ਨਾਮ ਤਾਂ ਲੈ ਰਿਹਾ ਕਾਮਰੇਡ ਹੈ ਪਰ ਚਾਈਨਾ ਚ ਰਹਿ ਕੇ ਆ ਕਿ ਆਪਾਂ ਇਹਨੂੰ ਕਹਾਈਏ ਵਾਹਿਗੁਰੂ ਆਹ ਰਾਮ ਰਾਮ ਕਹਾ ਲਓ ਕੁਛ ਵੀ ਭਲਾ ਤਾਂ ਹੋ ਜਾਏਗਾ ਜਦੋਂ ਇਹ ਦੇਖਿਆ ਵੀ ਹੁਣ ਇਸ ਅਖੀਰ ਦੇ ਸਵਾਸ ਆਉਂਦੇ ਆ ਤੇ ਉਹ ਕਹਿੰਦੇ ਤਰੀਕਾ ਹੈਗਾ ਕਹਿੰਦਾ ਕੀ ਕਹਿੰਦਾ ਉਹ ਆਪਾਂ ਰਾਮ ਸਿੰਘ ਦੇ ਮੁੰਡੇ ਵੀ ਆਉਂਦੇ ਹਾਂ ਇਹਨੂੰ ਪੁੱਛਾਂਗੇ ਇਹਦਾ ਮੁੰਡਾ ਇਹ ਕਹੂਗਾ ਰਾਮ ਸਿੰਘ ਰਾਮ ਤਾਂ ਕਹਿੰਦੇ ਇਹਦਾ ਤੁਸੀਂ ਰੱਬ ਦਾ ਨਾਮ ਲਿਆ ਜਦੋਂ ਲਿਆ ਕੇ ਕਢਾਇਆ ਮੁੰਡਾ ਤੇ ਉਹ ਕਰਨ ਦੀ ਗੱਲ ਹੈ ਬੰਦੇ ਦੀ ਕਹਿੰਦਾ ਇਹ ਕਿਹਦਾ ਮੁੰਡਾ ਕਹਿੰਦਾ ਇਹ ਦਿਆਲੋ ਦਾ ਉਹਦੀ ਮਾਂ ਦਾ ਨਾਮ ਦਿਆਲੋ ਸੀ ਜਦੋਂ ਇਹ ਸਰੀਰ ਛੱਡ ਗਿਆ ਇਹ ਨਹੀਂ ਮਾਂ ਦੇ ਪੁੱਤ ਨੇ ਕਹਿੰਦੇ ਰਾਮ ਕਿਹਾ ਜੇ ਵਾਹਿਗੁਰੂ ਨੇ ਕਿਹਾ ਇਹ ਕਹਿੰਦੇ ਤੁਸੀਂ ਉਹ ਤੁਹਾਨੂੰ ਬਹਾਨੇ ਨਾਲ ਫਤਿਹ 'ਚ ਵਾਹਿਗੁਰੂ ਕਹਾਉਣਾ ਸੀ ਤੁਸੀਂ ਫਿਰ ਉਹੀ ਜਾਣ ਦਾ ਹੀ ਕਹੀ ਜਾਂਦੇ ਫਿਰ ਤੁਸੀਂ ਉਹੀ ਖੁਦ ਤੁਹਾਡੀ ਕਿਹੜੀ ਫਤਿਹ ਬਣ ਗਈ ਹੈ ਸਤਿ ਸ੍ਰੀ ਅਕਾਲ ਨਾਲ ਵੀ ਸਾਡਾ ਬਹੁਤ ਭਲਾ ਹੋਣਾ ਸੀ ਤਾਹੀਂ ਸਤਿ ਸ੍ਰੀ ਅਕਾਲ ਆਪਾਂ ਬਾਹਰ ਕਰਕੇ ਭਲਾ ਹੋਣਾ ਸੀ ਉਹ ਵੀ ਤੁਸੀਂ ਪਿੰਡਾਂ ਵਾਲਿਆਂ ਸ਼ਹਿਰ ਵਾਲਿਆਂ ਨੇ ਪਹਿਲੀ ਬਗਾੜੀ ਹੈ ਸਤਿ ਸ੍ਰੀ ਅਕਾਲ ਇੱਥੇ ਚਲੀ ਜਾਣਗੇ ਸਤਿ ਸ੍ਰੀ ਅਕਾਲ ਮੈਂ ਕਿਹਾ ਇਹ ਕਿਹੜੀ ਹੁਣ ਆ ਗਈ ਇਸ ਕਰਕੇ ਸਤਿ ਸ੍ਰੀ ਅਕਾਲ ਇਹ ਕਹੀ ਜਾਣਗੇ ਉਹ ਇਹ ਛੱਡੋ ਲੋਕਾਂ ਮੰਗ ਲੋਕੋ ਇਹ ਹੈ ਸਤਿ ਸ੍ਰੀ ਅਕਾਲ ਇਹ ਬੜੀ ਤਾਕਤ ਹੈ ਸ਼ਹੀਦੀ ਫੌਜਾਂ ਆ ਜਾਂਦੀਆਂ ਨੇ ਕਹਿਣ ਨਾਲ ਇਸ ਕਰਕੇ ਸਾਰੀਆਂ ਸੰਗਤਾਂ ਪਿਆਰ ਨਾਲ ਕਹਿ